ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਆ ਦੇਵਿਕਾ ਜੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਸਾਂਸਦ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ। ਪੱਟੀ ਪੁਲਿਸ ਦੀ ਵੱਡੀ ਕਾਮਯਾਬੀ, ਬਾਮਣੀ ਵਾਲਾ ਦੇ ਨੇੜੇ ਸੂਏ ਦੇ ਕੋਲ ਪਏ ਕੂੜੇ ਚੋਂ ਹੈਂਡ ਗ੍ਰਨੇਡ ਕੀਤਾ ਬਰਾਮਦ। ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਗਦਾਈਕੇ ਵਿਖੇ ਪੁਲਿਸ ਨੂੰ ਮਿਲੀਆਂ ਭੇਤ ਭਰੇ ਹਾਲਾਤਾਂ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਸਾਂਸਦ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਹਾਜ਼ਰੀ ਭਰੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਲਈ ਹਰਿਆਣਾ ਕਮੇਟੀ ਨੂੰ ਮਾਨਤਾ ਦਿੱਤੀ ਗਈ ਹੈ, ਜੋ ਕਿ ਐਕਟ ਦੇ ਖਿਲਾਫ਼ ਹੈ। ਅਦਾਲਤਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਵੱਖ ਵੱਖ ਕਮੇਟੀਆਂ ਨੂੰ ਮਾਨਤਾ ਦੇਵੇ। ਦੇਖੋ, ਅੱਜ ਪੰਜਾਬ ਦੇ ਸਾਹਮਣੇ ਬਹੁਤ ਵੱਡੇ ਅਤੇ ਬਹੁਤ ਗੰਭੀਰ ਮੁੱਦੇ ਹਨ, ਜਿੱਥੇ ਕਾਂਗਰਸ ਪਾਰਟੀ ਨੇ ਸਾਡੇ ਸੂਬੇ ਦੇ ਟੋਟੇ ਟੋਟੇ ਕੀਤੇ, ਦੇਸ਼ ਦੀ ਵੰਡ ਹੋਈ, ਪੰਜਾਬ ਨੇ ਸਭ ਤੋਂ ਵੱਡਾ ਨੁਕਸਾਨ ਝੱਲਿਆ ਅਤੇ ਪੰਜਾਬ ਵਿੱਚੋਂ ਹੀ ਦੂਜੇ ਸੂਬੇ ਬਣਾਏ ਗਏ, ਪੰਜਾਬੀਆਂ ਨੂੰ ਕਮਜ਼ੋਰ ਕੀਤਾ ਗਿਆ। ਅੱਜ 100 ਸਾਲ ਬਾਅਦ ਸਾਡੇ ਇਤਿਹਾਸ 'ਚ ਸਾਡੇ ਧਰਮ ਦੇ ਟੋਟੇ ਟੋਟੇ ਆ ਸਰਕਾਰ ਕਰ ਰਹੀ ਹੈ। ਜਿਹੜਾ ਨਵਾਂ ਕਾਨੂੰਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਦਾਲਤ ਵਿੱਚ ਬਣਾਇਆ ਗਿਆ ਹੈਗਾ, ਜਿਹੜਾ ਸਿਰਫ ਪਾਰਲੀਮੈਂਟ ਜਿਸ ਕਾਨੂੰਨ ਨੂੰ ਬਣਾ ਸਕਦੀ ਹੈ, ਵਿਗਾੜ ਸਕਦੀ ਹੈ, ਉਸ ਐਕਟ ਨੂੰ ਤੋੜਨਾ ਜਿੱਥੇ ਪਾਰਲੀਮੈਂਟ ਦਾ ਕੰਮ ਹੈ, ਪਾਰਲੀਮੈਂਟ ਨੂੰ ਬਾਈਪਾਸ ਕਰਕੇ ਅਦਾਲਤ 'ਚ ਸਾਡੇ ਮਹਾਨ SGPC ਰੋਜ਼ ਅਰਦਾਸ 'ਚ ਆਪਾਂ ਕਰਦੇ ਹਾਂ, ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਵਾਸਤੇ ਕੁਰਬਾਨੀਆਂ ਦਿੱਤੀ। ਅੱਜ ਉਹਨਾਂ ਕੁਰਬਾਨੀਆਂ ਦਾ ਸਦਕਾ ਜਦ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ, ਉਸ ਟਾਈਮ ਅਸੀਂ ਆਪਣੇ ਧਾਰਮਿਕ ਸਥਾਨਾਂ ਨੂੰ ਆਜ਼ਾਦ ਕਰਕੇ ਇੱਕ ਮਰਿਆਦਾ ਕਾਇਮ ਕੀਤੀ, ਸਿੱਖਾਂ ਨੂੰ ਜੋੜ ਕੇ ਰੱਖਿਆ ਦੇਸ਼ਾਂ ਵਿਦੇਸ਼ਾਂ ਵਿੱਚ, ਜਿਹਦੇ ਕਰਕੇ ਸਾਨੂੰ ਤਾਕਤ ਅਤੇ ਸ਼ਕਤੀ ਮਿਲਦੀ ਹੈ ਇਸ ਛੋਟੀ ਜਿਹੀ ਕੌਮ ਨੂੰ। ਅੱਜ ਉਸ ਮਰਿਆਦਾ ਨੂੰ ਢਾਹ ਲਾਉਣ ਵਾਸਤੇ ਸਰਕਾਰਾਂ ਨੇ ਜਿੱਥੇ ਹਰਿਆਣਾ ਦੀ SGPC ਨੂੰ ਐਡ ਕਰਤਾ, ਜਿੱਥੇ ਅਦਾਲਤਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ, ਇੱਕ ਚੁਣੀ ਹੋਈ ਨੁਮਾਇੰਦਾ ਬੋਡੀ ਸਿੱਖਾਂ ਦੀ, ਉਹਨੂੰ ਕਮਜ਼ੋਰ ਕਰਨ ਦੀ ਜਿਹੜੀ ਹੈ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਪੱਟੀ ਦੇ ਬਾਮਣੀ ਵਾਲਾ ਦੇ ਨੇੜੇ ਸੂਏ ਦੇ ਕੋਲ ਪਏ ਕੂੜੇ ਵਿੱਚੋਂ ਹੈਂਡ ਗ੍ਰਨੇਡ ਮਿਲਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਬ ਨਿਰੋਧਕ ਦਸਤੇ ਨੂੰ ਬੁਲਾ ਕੇ ਹੈਂਡ ਗ੍ਰਨੇਡ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਦੇ ਮੁਤਾਬਿਕ ਉਹ ਇੱਕ ਪੁਰਾਣਾ ਹੈਂਡ ਗ੍ਰਨੇਡ ਹੈ। ਇਸ ਸੰਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। ਇਹ ਕੋਈ ਪੁਰਾਣਾ ਐਚ-50 ਗ੍ਰਨੇਡ ਹੈ, ਆਰਮੀ ਦਾ ਲੱਗਦਾ ਕਰਕੇ ਫਿਰ ਬੰਬ ਡਿਸਪੋਜ਼ਲ ਇੱਥੇ ਸੂਏ ਦੇ ਕੰਢੇ 'ਤੇ ਮਿਲਿਆ। ਅਗਲੀ ਕਾਰਵਾਈ ਬੰਬ ਡਿਸਪੋਜ਼ਲ ਟੀਮ ਆਊਗੀ, ਉਸ ਤੋਂ ਬਾਅਦ ਫਿਰ ਨੈਕਸਟ ਜਿਹੜੀ ਕਾਰਵਾਈ ਹੋਊਗੀ, ਇਹ ਤਾਂ ਹੁਣ ਉਹੀ ਦੱਸਣਾ ਫਿਰ ਪੁਰਾਣਾ ਹੈ ਕਾਫੀ ਚੱਲਿਆ। ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਗਦਾਈਕੇ ਵਿਖੇ ਭੇਤ ਭਰੇ ਹਾਲਾਤਾਂ ਵਿੱਚ ਦੋ ਨੌਜਵਾਨਾਂ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਗੁਰਦਰਸ਼ਨ ਸਿੰਘ ਵਾਸੀ ਪਿੰਡ ਯੋਧ ਸਿੰਘ ਵਾਲਾ ਅਤੇ ਸ਼ਿੰਦਰ ਸਿੰਘ ਵਾਸੀ ਪਿੰਡ ਜੰਡ ਵਜੋਂ ਹੋਈ ਹੈ। ਇਸ ਮੌਕੇ ਤੇ ਪਹੁੰਚੇ DSP ਸਤਨਾਮ ਸਿੰਘ ਨੇ ਕਿਹਾ
ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮੈਂ ਗੱਡੀ ਤੇ ਚੱਲ ਜਾਂਦਾ, ਮੈਂ ਝਗੜਾ ਹੋ ਗਿਆ ਕਿ ਇੱਥੇ ਆਉਂਦਾ ਰੈਡੀ, ਕੋਈ ਗੱਲ ਨਹੀਂ, ਇੱਥੇ ਚਲੋ ਮੈਂ ਤੁਰਿਆ ਹੁੰਦਾ। ਮੈਂ ਮੁੜ ਕੇ ਇਹਨੇ ਫੋਨ ਕੀਤਾ, ਮੁੜ ਕੇ ਕਹਿੰਦਾ ਕੋਈ ਨਹੀਂ ਮੈਂ ਘਲਾ ਦਿੰਦਾ, ਮੈਂ ਰੋਟੀ ਪਾਣੀ ਦਾ ਕੋਈ ਨਹੀਂ ਪ੍ਰਬੰਧ, ਤੁਸੀਂ ਆ ਜਾਓ ਅਤੇ ਆ ਜਾਓ ਘਰ ਨੂੰ, ਚਲੋ ਬਹਿ ਲਿਆ। ਮੈਂ ਉਹਨਾਂ 10 ਵਜੇ ਫੋਨ ਕੀਤਾ, ਕਹਿੰਦਾ ਕੋਈ ਨਹੀਂ ਆ ਜਾਂਦਾ। ਮੁੜ ਕੇ ਬਾਅਦ 'ਚ ਮੈਂ ਤੁਹਾਡੇ ਬਾਜੇ ਬੋਲਣਾ, ਉਹ ਨਹੀਂ ਚੁੱਕੇ ਨਾ। ਮੈਂ ਪਤਾ ਨਹੀਂ ਰਾਤ ਕਵੇਲੇ ਸੁੱਤੇ ਹੋਣ ਨਾ ਉੱਠੇ ਹੋਣ, ਮੈਂ ਤਾਂ ਪ੍ਰਾਹੁਣਾ ਸਭਰਾਣੀਆਂ ਨੂੰ ਖਿਲਾਇਆ, ਮੈਂ ਜਾ ਰਾਣੇ ਪਤਾ ਲੈ ਕੀ ਗੱਲ ਆ, ਅਤੇ ਉਹਨੇ ਵੇਖਿਆ ਹੁੰਦਾ ਮੈਂ ਤਾਂ ਮਾਰ ਕੇ ਚਲੇ ਗਿਆ। ਨਹੀਂ ਅਜੇ ਗੱਲ ਦਾ ਹੀ ਪਤਾ ਲੱਗਿਆ, ਇਹ ਮਲਕੀਤ ਸਿੰਘ ਦਾ ਡੇਰਾ ਹੈ, ਉਹਦੀ ਜ਼ਮੀਨ ਹੈ। ਇਹ ਜਿਹੜੇ ਮੁੰਡੇ ਉਹਨਾਂ ਦੇ ਵਿੱਚ ਜਿਹੜਾ ਗੁਰਦਰਸ਼ਨ ਸਿੰਘ ਹੈ ਉਹਦਾ ਰਿਸ਼ਤੇਦਾਰ ਸੀ, ਉਹ ਰਾਤ ਇੱਥੇ ਇਕੱਠੇ ਹੋਏ ਸੀਗੇ। ਪਰ ਅਜੇ ਇਸ ਗੱਲ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਹੜੀ ਲੜਾਈ ਹੈ, ਝਗੜਾ ਕਿਉਂ ਆਇਆ। ਇੱਕ ਦਾ ਨਾਂ ਸ਼ਿੰਦਰ ਸਿੰਘ ਹੈ, ਇਹ ਜੰਡ ਪਿੰਡ ਦਾ, ਇੱਕ ਦਾ ਨਾਂ ਗੁਰਦਰਸ਼ਨ ਸਿੰਘ ਹੈ, ਇਹ ਜੋਧ ਸਿੰਘ ਵਾਲਾ ਦਾ। ਇੱਕ ਬੰਦਾ ਸ਼ਾਇਦ ਜ਼ਖਮੀ ਹੋਇਆ, 2 ਬੰਦਿਆਂ ਦਾ ਕਤਲ ਹੋਇਆ, ਬਸ ਉਹਨਾਂ ਬਿਆਨ ਲਿਖ ਕੇ ਪਰਚਾ ਦਰਜ ਕਰ ਰਹੇ ਹਾਂ। ਬਟਾਲਾ ਦੇ ਅੰਮ੍ਰਿਤਸਰ ਬਾਈਪਾਸ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦ ਇੱਕ ਕਬਾੜੀਏ ਦੀ ਦੁਕਾਨ ਤੋਂ ਦਿਨ ਦਿਹਾੜੇ ਚੋਰ 9,50,000 ਰੁਪਏ ਲੁੱਟ ਕੇ ਫਰਾਰ ਹੋ ਗਏ। ਜਿਸ ਦੀ ਜਾਣਕਾਰੀ ਦਿੰਦਿਆਂ DSP ਲਲਿਤ ਕੁਮਾਰ ਵੱਲੋਂ ਦੱਸਿਆ ਗਿਆ ਕਿ ਚੋਰ ਆਲਟੋ ਗੱਡੀ ਵਿੱਚ ਆਏ ਸਨ, ਜਿਸ ਦੀ ਤਸਵੀਰਾਂ CCTV ਕੈਮਰੇ ਵਿੱਚ ਕੈਦ ਹੋਈਆਂ ਹਨ, ਜਿਸ ਤੋਂ ਖੰਗਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 11 ਵਜੇ ਤੋਂ 10 ਮਿੰਟ ਪਹਿਲਾਂ ਮੈਂ ਮਤਲਬ ਘਰੋਂ ਕੈਸ਼ ਲੈ ਕੇ ਇੱਥੇ ਮਤਲਬ ਦਫ਼ਤਰ ਪਹੁੰਚਿਆ ਵਾਂ, ਆ ਕੇ ਮਤਲਬ ਅਲਮਾਰੀ 'ਚ ਕੈਸ਼ ਰੱਖਣ ਡਿਆ ਅਤੇ ਇੱਕ ਬੰਦਾ ਨਾਲ ਹੀ ਆ ਜਾਂਦਾ ਅਤੇ ਮੈਨੂੰ ਪੁੱਛਦਾ ਗਾਰਡਰ ਚਾਹੀਦੇ ਆ, ਅਤੇ ਉਹਨੂੰ ਮੈਂ ਕਹਿੰਦਾ ਕਿ ਗਾਰਡਰ ਨਹੀਂ ਹੈਗੇ ਅਤੇ ਜੇ ਜੋੜ ਪੈ ਕੇ ਤੇਰਾ ਕੰਮ ਚੱਲਦਾ ਵਾ ਤਾਂ ਵੇਖ ਲਓ ਅੰਦਰੋਂ, ਅਤੇ ਉਹਦੇ ਨਾਲ ਹੀ ਮੈਂ ਉਹਨੂੰ ਵੀ ਨਾਲ ਲੈ ਕੇ ਚੱਲ ਗਿਆ ਵਾਂ ਅਤੇ ਮੈਂ ਆਪ ਅੰਦਰ ਵੜ ਗਿਆ ਅਤੇ ਉਹ ਸ਼ਾਇਦ ਮੈਨੂੰ ਲੱਗਿਆ ਕਿ ਉਹਨੂੰ ਨਹੀਂ ਚਾਹੀਦੀ ਲੋੜ ਹੋਣੀ ਆ ਅਤੇ ਉਹ ਮਤਲਬ ਬਾਹਰ ਚੱਲ ਗਿਆ। ਇੰਨੀ ਦੇਰ 10-15 ਮਿੰਟ ਮੈਂ ਅੰਦਰ ਮਤਲਬ ਚੱਕਰ ਚੁੱਕਰ ਲਗਾਉਣ ਡਿਆ ਸੀ ਆਪਣਾ ਵੇਖਣ ਡਿਆ ਸੀ, ਅਤੇ ਆਉਂਦੇ ਹੋਏ ਵੇਖਿਆ ਅਤੇ ਅਲਮਾਰੀ ਮਤਲਬ ਸਾਰੀ ਹਿੱਲੀ ਹੋਈ ਸੀ, ਕੁਛ ਮਤਲਬ ਉੱਥੇ ਬਾਰੀ ਬੂਰੀ ਦੇ ਨਿਸ਼ਾਨ ਪਏ ਦੇ ਸੀ, ਅਤੇ ਜਦੋਂ ਖੋਲ੍ਹ ਕੇ ਵੇਖੀ ਇਹਦੇ ਵਿੱਚ ਕੈਸ਼ ਹੈ ਨਹੀਂ, ਕੈਸ਼ ਟੋਟਲ ਹੈਗਾ 9.5 ਲੱਖ। 11 ਵਜੇ 10 ਮਿੰਟ ਪਹਿਲੇ ਮਤਲਬ ਉਦੋਂ ਹੋਇਆ ਹੋਣਾ ਅਤੇ ਹਲੇ 11:30 ਹੋ ਗਏ ਆ, ਪੁਲਿਸ ਨਹੀਂ ਆਈ। ਇਹ ਨਿਰ ਬੋਰਡ 10:50 ਦੀ ਗੱਲ ਹੈ ਜੀ। ਇਹ ਇਹਨਾਂ ਦੇ ਮੁਤਾਬਕ, ਪਵਨ ਜੀ ਦੇ ਮੁਤਾਬਕ 9.5 ਲੱਖ ਰੁਪਏ ਲੈ ਕੇ ਮੇਰਾ ਬੇਟਾ ਆਇਆ ਸੀ, ਉਸ ਤੋਂ ਬਾਅਦ 2 ਬੰਦੇ ਪਿੱਛੋਂ ਆਏ ਆ, ਇੱਕ ਅੰਦਰ ਆ ਕੇ ਇਹਨਾਂ ਦੇ ਮੁਤਾਬਕ ਇਹ ਆ ਵੀ 9.5 ਲੱਖ ਰੁਪਇਆ ਚੋਰੀ ਕਰਕੇ ਲਿਆ। ਇਹਨਾਂ ਦੇ ਲੇਬਰ ਦਾ ਕੰਮ ਆ ਰਿਹਾ ਤਾਂ ਪ੍ਰੀਚ ਕਰਨ, ਹਾਂਜੀ CCTV 'ਚ ਕੁਝ ਨਜ਼ਰ ਆਇਆ ਆ ਰਹੇ, ਚੈੱਕ ਆ ਰਹੇ ਜੀ। BNI ਐਂਪਰਰ ਦੀ ਟੀਮ ਵੱਲੋਂ ਹਰ ਹਫ਼ਤੇ ਦੇ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਇਸ ਵਾਰ ਹੋਟਲ ਫੇਅਰਫੀਲਡ ਮੈਰੀਅਟ ਵਿਖੇ ਆਯੋਜਿਤ ਕੀਤੀ ਗਈ, ਜਿਸ ਦੌਰਾਨ BNI ਟੀਮ ਦੇ ਪ੍ਰੈਜ਼ੀਡੈਂਟ ਅਤੇ ਕਾਮਧੇਨੂ ਗਊਧਾਮ ਦੇ ਸਰਦਾਰ ਸੁਖ ਅੰਮ੍ਰਿਤ ਸਿੰਘ ਵੱਲੋਂ BNI ਐਂਪਰਰ ਦੀ ਟੀਮ ਦੀਆਂ ਉਪਲਬਧੀਆਂ ਬਾਰੇ ਕਈ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਵਪਾਰੀਆਂ ਅਤੇ ਕਾਰੋਬਾਰੀਆਂ ਵੱਲੋਂ ਆਪਣੇ ਆਪਣੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਆਖਿਆ ਕਿ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ BNI ਟੀਮ ਨਾਲ ਜੁੜਨ ਦੀ ਲੋੜ ਹੈ। ਇਸ ਮੌਕੇ ਨਿਤਿਨ ਮਹਿਰਾ ਵੱਲੋਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਗਈ ਅਤੇ ਵੱਧ ਤੋਂ ਵੱਧ ਲੋਕਾਂ ਨੂੰ BNI ਟੀਮ ਨਾਲ ਜੁੜਨ ਦੀ ਗੱਲ ਆਖੀ ਗਈ। ਇਸ ਮੌਕੇ VIEC ਅਮਿਤ ਸ਼ਰਮਾ, ਕੋਸਮਿਕ ਸੋਲਰ ਖੁਸ਼ਬੂ ਸਿੰਘ, ਫੈਕਟਰੀ ਇਤਿਨ ਸਹਿਗਲ, ਅਖਿਲੇਸ਼ ਹੋਰਾ, ਅਨੰਤ ਚਾਵਲਾ, ਟੈਕਲੋਵਿਨ, ਸਚਿਨ ਮਹਿਰਾ, ਵਿਰਥੀ ਸੇਠ ਦੂਆ ਵੀ ਮੌਜੂਦ ਸਨ। ਜਿਹੜੀ ਮੀਟਿੰਗ ਅੱਗੇ ਸੀ ਉਹ ਪੁਰਾਣੀ ਲੀਡਰਸ਼ਿਪ ਟੀਮ ਦੀ ਫੇਅਰਵੈਲ ਵਾਸਤੇ ਸੀ। ਹਰ 6 ਮਹੀਨੇ ਬਾਅਦ ਲੀਡਰਸ਼ਿਪ ਟੀਮ ਚੇਂਜ ਹੁੰਦੀ ਹੈ, ਨਵੀਂ ਲੀਡਰਸ਼ਿਪ ਟੀਮ ਅੱਜ ਅਨਾਊਂਸ ਕੀਤੀ ਗਈ।
ਜਿਹੜੀ ਅਗਲੇ ਹਫ਼ਤੇ ਤੋਂ 1 ਅਕਤੂਬਰ ਤੋਂ ਆਪਣਾ ਚਾਰਜ ਲਏਗੀ। ਐਂਡ ਪੁਰਾਣੇ ਜਿਹੜੀ LT ਹੈਗੀ ਸੀ, ਜਿਹਦਾ ਮੈਂ ਵੀ ਇੱਕ ਪਾਰਟ ਸੀ, ਉਹਨਾਂ ਨੂੰ ਅੱਜ ਫੇਅਰਵੈਲ ਦਿੱਤਾ ਗਿਆ, ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਸਾਰੇ ਐਮਪਰਰ ਚੈਪਟਰਸ ਨੇ ਉਹਨਾਂ ਨੂੰ ਮਿਲ ਕੇ ਥੈਂਕ ਯੂ ਕੀਤਾ। ਇਨ ਟੂ ਵਿੱਚ ਐਵਰ ਕੈਟੇਗਰੀ, ਚਾਹੇ ਤੁਸੀਂ ਪ੍ਰੋਫੈਸ਼ਨਲ ਹੋ ਚਾਹੇ ਤੁਸੀਂ ਬਿਜ਼ਨਸ ਓਨਰ ਹੋ, ਯੂ ਆਰ ਮੋਸਟ ਵੈਲਕਮ ਹੇਅਰ। ਵੀ ਆਲਵੇਜ਼ ਪ੍ਰਮੋਟ ਈਚ ਅਦਰ। ਇੱਥੇ ਹਰ ਵੀਕ ਇੱਕ ਪ੍ਰਮੋਸ਼ਨਲ ਈਵੈਂਟ ਹੁੰਦਾ ਹੈ। ਅੱਜ ਦਾ ਈਵੈਂਟ ਜਿਹਦੇ ਵਿੱਚ ਅਸੀਂ ਇੱਕ ਰੈਫਰਲ ਪਾਰਟਨਰ ਦੇ ਬਿਜ਼ਨਸ ਨੂੰ ਪ੍ਰਮੋਟ ਕਰ ਰਹੇ ਹਾਂ। ਅੱਜ ਦਾ ਈਵੈਂਟ ਸੀਗਾ ਫਿਕਟਰੀ ਈਟ ਹੈਲਦੀ ਸਟੇ ਸਟਰੋਂਗ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀਗਾ। ਨਟ ਐਂਡ ਨਿਬਲਸ ਦੇ ਨਾਮ ਦਾ ਇੱਕ ਨਵਾਂ ਸਟੋਰ ਅੰਮ੍ਰਿਤਸਰ ਦੇ ਵਿੱਚ, ਜਿਹਦੇ ਕਿ ਪ੍ਰੀਮੀਅਮ ਡਰਾਈ ਫਰੂਟਸ, ਕੋਲਡ ਪ੍ਰੈਸਡ ਆਇਲਸ ਅਤੇ ਹੋਰ ਬਹੁਤ ਹੀ ਹੈਲਦੀ ਆਪਸ਼ਨਸ ਨੇ। ਤੁਸੀਂ ਉੱਥੇ ਨਵਰਾਤਰੇ 'ਚ ਦੀਵਾਲੀ ਗਿਫਟਿੰਗ ਵਾਸਤੇ ਵਿਜ਼ਿਟ ਕਰੋ। ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਹਾਇਸ਼ੀ ਅਤੇ ਕਮਰਸ਼ੀਅਲ ਅਦਾਰਿਆਂ ਦਾ ਸਾਲ 2022 ਅਤੇ 23 ਦਾ ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਭਰ ਕੇ ਦਿੱਤੀ ਜਾ ਰਹੀ 10% ਛੂਟ ਦਾ ਲਾਭ ਲੈਣ। ਲੀਗਲ ਐਕਸ਼ਨ ਏਡ ਦੇ ਰਾਸ਼ਟਰੀ ਅਧਿਅਕਸ਼ ਸ਼ਰਤ ਵਿਸ਼ਿਸ਼ਟ ਦੇ ਨਿਵਾਸ ਸਥਾਨ 'ਤੇ ਮਹਾਮਾਈ ਵੈਸ਼ਨੋ ਦੇਵੀ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿੱਚ MLA ਡਾਕਟਰ ਅਜੇ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਨਰੇਸ਼ ਮੋਦਗਿਲ ਜੱਜ ਪਰਮਾਨੈਂਟ ਲੋਕ ਅਦਾਲਤ ਵੱਲੋਂ ਮਾਤਾ ਦੇ ਦਰਬਾਰ ਵਿਖੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ ਗਈ। ਮਹੰਤ ਵਿਜੇ ਪਪੀਹਾ ਅਤੇ ਸੁਨੀਲ ਸਿਤਾਰਾ ਐਂਡ ਪਾਰਟੀ ਨੇ ਮਹਾਮਾਈ ਜੀ ਦਾ ਗੁਣਗਾਨ ਕੀਤਾ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ, ਯੁਵਾ ਜ਼ਿਲ੍ਹਾ ਪ੍ਰਧਾਨ ਭਗਵੰਤ ਸਿੰਘ ਕੰਵਲ, ਦੀਕਸ਼ਿਤ ਧਵਨ, ਨਰਿੰਦਰ ਦੱਤਾ, ਰਾਜੇਂਦਰ ਸਾਹਨੀ, ਐਡਵੋਕੇਟ ਰਾਜਕੁਮਾਰ, ਐਡਵੋਕੇਟ ਸੁਨੀਲ ਰਾਓ, ਐਡਵੋਕੇਟ ਸੰਜੀਵ ਸਿੰਘ, ਤਮੰਨਾ ਮਹਾਜਨ, ਡਾਕਟਰ ਚਿਰੰਜੀਵ, ਪ੍ਰਦੀਪ ਮਹਿਰਾ, ਜ਼ਿਲ੍ਹਾ ਕੋ ਪ੍ਰਧਾਨ ਯੂਥ ਵਿੰਗ ਜਗਦੀਪ ਸਿੰਘ ਜੱਗਾ, ਵਰਨ ਭਗਤ, ਰਕੇਸ਼ ਸ਼ਰਮਾ, ਗੋਪਾਲ ਭੰਡਾਰੀ ਅਤੇ ਲੀਗਲ ਐਕਸ਼ਨ ਏਡ ਦੀ ਸਮੂਹ ਟੀਮ ਸਮੇਤ ਕਈ ਸੰਗਤਾਂ ਜਾਗਰਣ ਵਿੱਚ ਹਾਜ਼ਰ ਸਨ। ਭਾਰਤ ਅਤੇ ਪਾਕਿਸਤਾਨ ਵਿੱਚ ਵਪਾਰ ਦੇ ਤਹਿਤ ਅੰਮ੍ਰਿਤਸਰ ਤੇ ਲਾਹੌਰ ਵਿੱਚ ਵਪਾਰ ਕੀਤਾ ਜਾਂਦਾ ਸੀ, ਪਰ ਇਹ ਵਪਾਰ ਪਿਛਲੇ 3 ਸਾਲਾਂ ਤੋਂ ਬੰਦ ਪਿਆ ਹੈ। ਹੁਣ ਪਾਕਿਸਤਾਨ ਦੇ ਹਾਲਾਤ ਆਰਥਿਕ ਤੌਰ ਤੇ ਬਹੁਤ ਖਰਾਬ ਬਣੇ ਹੋਏ ਹਨ ਅਤੇ ਖਬਰਾਂ ਮਿਲ ਰਹੀਆਂ ਹਨ ਕਿ ਪਾਕਿਸਤਾਨ ਭਾਰਤ ਨਾਲ ਵਪਾਰ ਮੁੜ ਖੋਲ੍ਹਣਾ ਚਾਹੁੰਦਾ ਹੈ। ਇਸ ਬਾਰੇ ਫਾਸਟ ਨਿਊਜ਼ ਟੀਮ ਨੇ ਜਦ ਭਾਰਤ ਪਾਕਿਸਤਾਨ ਵਪਾਰ ਨਾਲ ਜੁੜੇ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਪਾਕਿਸਤਾਨ ਨਾਲ ਵਪਾਰ ਸ਼ੁਰੂ ਹੋਣਾ ਚਾਹੀਦਾ ਹੈ, ਇਸ ਨਾਲ ਵਪਾਰੀਆਂ ਨੂੰ ਫਾਇਦਾ ਹੋਵੇਗਾ। ਪਰ ਦੇਸ਼ ਪਹਿਲੇ ਹੈ, ਪਾਕਿਸਤਾਨ ਨੂੰ ਚਾਹੀਦਾ ਕਿ ਭਾਰਤ ਵਿਰੋਧੀ ਗਤੀਵਿਧੀਆਂ ਬੰਦ ਕਰੇ ਫਿਰ ਵਪਾਰ ਸ਼ੁਰੂ ਕੀਤਾ ਜਾਵੇ। ਇਹਨਾਂ ਵਪਾਰੀਆਂ ਦਾ ਆਖਣਾ ਸੀ ਕਿ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨਾ ਹੈ ਜਾਂ ਨਹੀਂ, ਇਸ ਦਾ ਆਖਰੀ ਫੈਸਲਾ ਭਾਰਤ ਸਰਕਾਰ ਨੇ ਕਰਨਾ ਹੈ। ਇਸ ਵਪਾਰ ਦੇ ਖੁੱਲ੍ਹਣ ਨਾਲ ਵਪਾਰੀਆਂ ਨੂੰ ਫਾਇਦਾ ਹੋਏਗਾ, ਪਰ ਵੇਖਣਾ ਹੈ ਕਿ ਭਾਰਤ ਸਰਕਾਰ ਇਸ ਬਾਰੇ ਕੀ ਫੈਸਲਾ ਲੈਂਦੀ ਹੈ। ਫਾਸਟ ਏ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਜਿਹਨਾਂ ਨੇ ਮੈਨੂੰ ਮੌਕਾ ਦਿੱਤਾ ਬੋਲਣ ਦਾ। ਇਸ ਤਰ੍ਹਾਂ ਹੈ ਕਿ ਮੈਂ ਸਭ ਤੋਂ ਪਹਿਲੇ ਦੱਸਣਾ ਚਾਹੁੰਦਾ, ਟ੍ਰੇਡ ਬੰਦ ਕਿਉਂ ਹੋਈ? ਟ੍ਰੇਡ ਤੁਹਾਨੂੰ ਯਾਦ ਹੋਵੇ ਕਿ ਟ੍ਰੇਡ ਪੁਲਵਾਮਾ ਅਟੈਕ ਤੋਂ ਬਾਅਦ ਸਾਡੇ ਮੋਦੀ ਸਰਕਾਰ ਜੀ ਨੇ, ਜੋ ਮੋਦੀ ਸਾਡੇ ਇੰਟਰਨੈਸ਼ਨਲ ਲੈਵਲ ਦੇ ਨੇਤਾ ਹੈ, ਜਿਸ ਤਰ੍ਹਾਂ ਕਿ ਉਹਨਾਂ ਦੀ ਇੱਕ ਸੋਚ ਹੈ, ਬਹੁਤ ਬਿਹਤਰੀਨ ਸੋਚ ਸੀ, ਅਸੀਂ ਉਹਦੀ ਬੁਰੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਇੱਕ ਬੜਾ ਅੱਛੀ ਤਰੀਕੇ ਨਾਲ ਸਟੈਪ ਚੁੱਕਿਆ। ਜਦੋਂ ਪੁਲਵਾਮਾ ਅਟੈਕ ਤੋਂ ਬਾਅਦ ਉਹਨਾਂ ਨੂੰ ਸਿਰਫ ਇੱਕ ਪਨਿਸ਼ਮੈਂਟ ਦੇ ਤੌਰ 'ਤੇ ਉਹਨਾਂ ਦੇ 200% ਡਿਊਟੀ ਲਗਾਈ ਸੀ, ਤਾਂ ਕਿ ਅਸੀਂ ਟ੍ਰੇਡ ਨਹੀਂ ਅਗਰ ਚਲਾ ਸਕਦੇ, ਅਗਰ ਆਪਾਂ ਪਹਿਲੇ ਦੇਸ਼ ਹੈ ਫਿਰ ਵਪਾਰ ਹੈ। ਅਗਰ ਅਸੀਂ ਪੁਲਵਾਮਾ ਅਟੈਕ ਦੇ ਵਿੱਚ ਜਿਹੜੇ ਸਾਡੇ ਫੌਜੀਆਂ ਨੂੰ ਨਜਾਇਜ਼ ਸ਼ਹੀਦ ਕੀਤਾ ਗਿਆ, ਅਸੀਂ ਉਸ ਦੇ ਮੁਤਾਬਕ ਸਟੈਪ ਵਪਾਰ, ਅਸੀਂ ਵਪਾਰੀ ਕੋਈ ਵੀ ਨਹੀਂ ਕਹਿੰਦਾ ਕਿ ਮੈਂ ਵਪਾਰ ਘਟਾਵਾਂ। ਜੇਕਰ ਟ੍ਰੇਡ ਖੁੱਲ੍ਹਦੀ ਹੈ ਸਾਰਿਆਂ ਦਾ ਵਪਾਰ ਵਧੇਗਾ, ਖਾਸ ਕਰ ਅੰਮ੍ਰਿਤਸਰ ਦੇ ਵਿੱਚ ਜਿਹੜੀ ICP ਪੋਰਟ ਹੈ, ਜਾਂ ਅੰਮ੍ਰਿਤਸਰ ਦੇ ਜਿਹੜੇ ਟ੍ਰੇਡਰ ਹੈ ਜਿਹੜੇ ਅੱਜ ਇੰਨੇ ਸਾਲ ਤੋਂ ਮਤਲਬ ਬੈਠੇ ਆਰਾਮ ਦੇ ਨਾਲ ਦੀ ਵੇਟ ਕਰ ਰਹੇ ਵੀ ਕਦੋਂ ਕੋਈ ਸੰਭਾਵਨਾ ਬਣੇ। ਵਪਾਰ ਜਦੋਂ ਦਾ ਬੰਦ ਹੈ ਉਹਦੇ ਵਿੱਚ ਨੁਕਸਾਨ ਤਾਂ ਹੈ ਹੀ ਹੈ ਹਰ ਇੱਕ ਬੰਦੇ ਨੂੰ। ਵਪਾਰ ਉਹਨੇ ਬੰਦ ਕੀਤਾ ਠੀਕ ਹੈ,
ਲੇਕਿਨ ਠੀਕ ਹੈ ਉਹ ਜਿਹੜਾ ਆਪਣੀ ਹਰਕਤਾਂ ਕਰਦਾ ਉਹ ਬੰਦ ਪਹਿਲੇ ਹੋਣੀਆਂ ਚਾਹੀਦੀਆਂ, ਉਸ ਤੋਂ ਬਾਅਦ ਵਪਾਰ ਚੱਲਣਾ ਚਾਹੀਦਾ ਤਾਂ ਕਿ ਦੁਬਾਰਾ ਇਹੋ ਜਿਹਾ ਕੰਮ ਨਾ ਕਰੇ। ਉਹ ਦੇਖੋ ਜੀ ਫਾਇਦਾ ਤਾਂ ਹੈ ਹੀ ਆ, ਫਾਇਦਾ ਤਾਂ ਹੈ ਵਾ ਆਪਸ 'ਚ ਇੱਧਰ ਸੁਧਾ ਜਾਣਾ ਉੱਧਰ ਜਾਣਾ ਆਉਣਾ, ਉਹਦੇ ਵਿੱਚ ਵਪਾਰ 'ਚ ਫਾਇਦਾ ਤਾਂ ਹੈ ਹੀ ਆ ਅਗਰ ਬਿਨਾਂ ਚੱਲੇਗਾ। ਹੁਣ ਕਿੰਨੀ ਦੇਰ ਤੋਂ ਬੰਦ ਹੈ ਦੇਖੋ ਵਪਾਰ, ਉਹਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਬੰਦੇ ਜਿਹੜੇ ਹੈਗੇ ਆ ਬੇਰੁਜ਼ਗਾਰ ਹੋ ਗਏ ਆ। ਸਰਕਾਰ ਕੀ ਕਰਦੀ ਅੱਗੇ ਕਿ ਉਹਦਾ ਕੀ ਰੋਈਆ ਵਾ, ਇਹ ਤਰੀਕਾ। ਉਮੀਦ ਤਾਂ ਵਪਾਰੀਆਂ ਨੂੰ ਬਹੁਤ ਜ਼ਿਆਦਾ ਗਈ ਹੈ ਕਿ ਵਪਾਰ ਖੁੱਲ੍ਹਣਾ ਚਾਹੀਦਾ। ਨਹੀਂ ਅਸਤੇ ਕਹਿੰਦੇ ਖੁੱਲ੍ਹਣਾ ਚਾਹੀਦਾ ਪਰ ਕੋਈ ਸਕੋਪ ਨਜ਼ਰ ਨਹੀਂ ਆ ਰਿਹਾ। ਗੌਰਮੈਂਟ ਦੀ ਪੋਲਿਸੀ ਇਹੋ ਜਿਹੀ ਹੈਗੀ ਹੈ ਮੋਦੀ ਸਰਕਾਰ ਦੀ, ਟ੍ਰੇਡ ਤਾਂ ਮੋਦੀ ਨਹੀਂ ਉਹਨੇ ਬੰਦ ਕੀਤਾ ਸੀ, ਪਾਕਿਸਤਾਨ ਨੇ ਪਹਿਲੇ ਇਹਨਾਂ ਡਿਊਟੀ ਕਰਤੀ ਸੀ ਨਾ 200%। ਹਮਸਾਇਆ ਮੁਲਕ ਪਾਕਿਸਤਾਨ ਜਿਹਦੇ ਨਾਲ ਭਾਰਤ ਦੇ ਜਿਹੜੇ ਰਿਸ਼ਤੇ ਹੈ ਹਮੇਸ਼ਾ ਹੀ ਖਰਾਬ ਰਹਿੰਦੇ ਨੇ, ਕਿਉਂਕਿ ਪਾਕਿਸਤਾਨ ਦੀਆਂ ਹਿੰਦੁਸਤਾਨ ਨੂੰ ਲੈ ਕੇ ਕੁਝ ਹਰਕਤਾਂ ਹੀ ਐਸੀਆਂ ਨੇ, ਪਰ ਪਾਕਿਸਤਾਨ ਜਿਹੜਾ ਸਾਡਾ ਗੁਆਂਢੀ ਮੁਲਕ ਹੈ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਪਰ ਇਹ ਇੱਛਾ ਰੱਖਦਾ ਕਿ ਇੰਡੀਆ ਨਾਲ ਟ੍ਰੇਡ ਜਿਹੜੀ ਉਸਨੇ ਹੀ ਬੰਦ ਕੀਤੀ ਸੀ ਦੁਬਾਰਾ ਖੋਲ੍ਹੀ ਜਾਵੇ। ਔਰ ਇਸ ਬਾਰੇ ਜਿਹੜੇ ਇੰਡੀਆ ਪਾਕਿਸਤਾਨ ਟ੍ਰੇਡ ਨਾਲ ਜੁੜੇ ਲੋਕ ਨੇ ਉਹਨਾਂ ਦਾ ਆਖਣਾ ਹੈ ਕਿ ਦੇਸ਼ ਪਹਿਲੇ ਹੈ ਟ੍ਰੇਡ ਬਾਅਦ ਦੇ ਵਿੱਚ, ਜੇਕਰ ਪਾਕਿਸਤਾਨ ਆਪਣੀ ਹਰਕਤਾਂ ਤੋਂ ਸੁਧਰਦਾ ਬਾਜ ਆਉਂਦਾ ਤਾਂ ਹੀ ਉਸ ਨਾਲ ਟ੍ਰੇਡ ਸ਼ੁਰੂ ਕੀਤੀ ਜਾਵੇ। ਪਰ ਦੂਜੇ ਪਾਸੇ ਵਪਾਰੀਆਂ ਦਾ ਵੀ ਕਹਿਣਾ ਕਿ ਜੇਕਰ ਪਾਕਿਸਤਾਨ ਨਾਲ ਟ੍ਰੇਡ ਸ਼ੁਰੂ ਹੁੰਦੀ ਹੈ ਤਾਂ ਇਸ ਨਾਲ ਅੰਮ੍ਰਿਤਸਰ ਨੂੰ ਫਾਇਦਾ ਕਾਫੀ ਹੋਵੇਗਾ, ਕਿਉਂਕਿ ਅੰਮ੍ਰਿਤਸਰ ਦੀ ਲਾਹੌਰ ਨਾਲ ਜਿਹੜੀ ਟ੍ਰੇਡ ਹੈ ਉਹ ਕਾਫੀ ਪੁਰਾਣੀ ਸੀ। ਕੈਮਰਾਮੈਨ ਰਕੇਸ਼ ਕੁਮਾਰ ਨੇ, ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੈਂਸਰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਅਤੇ ਇਸ ਨਾਲ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੈਡੀਕਲ ਵਿਭਾਗ ਇਸ ਬਿਮਾਰੀ ਤੇ ਕਾਫੀ ਰਿਸਰਚ ਕਰ ਰਹੇ ਹਨ ਪਰ ਕੋਈ ਖਾਸ ਸਫਲਤਾ ਨਹੀਂ ਮਿਲੀ। ਜੇਕਰ ਕਿਸੇ ਨੂੰ ਕੈਂਸਰ ਹੋ ਜਾਂਦਾ ਤਾਂ ਪੂਰੀ ਤਰ੍ਹਾਂ ਠੀਕ ਹੁੰਦੇ ਪੇਸ਼ੈਂਟ ਘੱਟ ਹੀ ਵੇਖਣ ਨੂੰ ਮਿਲਦੇ ਹਨ। ਤਾਂ ਉਮਰ ਇਲਾਜ ਚੱਲਦਾ ਅਤੇ ਕਈ ਵਾਰ ਇਲਾਜ ਦੇ ਦੌਰਾਨ ਹੀ ਮੌਤ ਹੋ ਜਾਂਦੀ ਹੈ। ਮੈਡੀਕਲ ਵਿਭਾਗ ਕੈਂਸਰ ਨੂੰ ਲੈ ਕੇ ਕਈ ਕੈਂਪਸ ਲਗਾ ਚੁੱਕਾ ਹੈ ਅਤੇ ਕਈ ਸ਼ਹਿਰਾਂ ਵਿੱਚ ਸਰਕਾਰ ਵੱਲੋਂ ਅਵੇਅਰਨੈਸ ਕੈਂਪਸ ਲਗਾਏ ਜਾਂਦੇ ਹਨ ਜੋ ਕਿ ਜ਼ਿਆਦਾਤਰ ਸਰਕਾਰ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਹੁੰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ESI ਹਸਪਤਾਲ ਵਿਖੇ ਲਗਾਏ ਗਏ ਕੈਂਸਰ ਅਵੇਅਰਨੈਸ ਕੈਂਪ ਦੀ। ਇਹ ਕੈਂਪ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਆਯੋਜਿਤ ਕੀਤਾ ਗਿਆ। ਇਸ ਸੁਸਾਇਟੀ ਵੱਲੋਂ ਪੂਰੀ ਟੀਮ ਨੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕੈਂਸਰ ਨੂੰ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ। ਇਸ ਟੀਮ ਵਿੱਚ ਡਾਕਟਰਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰਸ ਮੌਜੂਦ ਸਨ। ਵੇਖਣ ਵਿੱਚ ਆਇਆ ਕਿ ਹਰ ਤਰ੍ਹਾਂ ਦਾ ਟੈਸਟ ਅਤੇ ਦਵਾਈਆਂ ਤੋਂ ਇਲਾਵਾ ਕੰਸਲਟੇਸ਼ਨ ਫ੍ਰੀ ਸੀ। ESI ਹਸਪਤਾਲ ਦੀ ਮੈਡੀਕਲ ਸੁਪਰੀਡੈਂਡੈਂਟ ਡਾਕਟਰ ਜਸਵਿੰਦਰ ਕੌਰ ਨੇ ਪੂਰੇ ਕੈਂਪ ਦਾ ਮੁਆਇਨਾ ਕਰਦਿਆਂ ਆਏ ਹੋਏ ਲੋਕਾਂ ਨੂੰ ਇਸ ਤਰ੍ਹਾਂ ਦੇ ਕੈਂਪਸ ਵਿੱਚ ਆਉਣ ਲਈ ਪ੍ਰੋਤਸਾਹਿਤ ਕੀਤਾ ਤਾਂ ਜੋ ਆਪਣੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ। ਸਾਡੀ ਟੀਮ ਨਾਲ ਗੱਲ ਕਰਦਿਆਂ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ESI ਹਸਪਤਾਲ ਦਾ ਸਮੂਹ ਸਟਾਫ ਮੌਜੂਦ ਸਨ। ਇਹਦੇ ਵਿੱਚ ਜਿਸ ਤਰ੍ਹਾਂ ਔਰਤਾਂ ਦੇ ਕੈਂਸਰ ਦੀ ਸਕਰੀਨਿੰਗ, ਜਿਸ ਤਰ੍ਹਾਂ ਕਿ ਬ੍ਰੈਸਟ ਕੈਂਸਰ ਕਾਮਨ ਹੈਗਾ ਉਹਦੀ ਸਕਰੀਨਿੰਗ ਹੋ ਰਹੀ ਹੈ, ਉਹਦੇ 'ਚ ਮੈਮੋਗ੍ਰਾਫੀ ਫ੍ਰੀ ਕੀਤੀ ਜਾ ਰਹੀ ਹੈ, ਪੈਪਸਮੀਅਰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਟੈਸਟ ਕੀਤੇ ਜਾ ਰਹੇ ਹੈ, ਓਰਲ ਕੈਂਸਰ ਜਿਹੜਾ ਕਿ ਮੂੰਹ ਦਾ ਕੈਂਸਰ ਬਹੁਤ ਜ਼ਿਆਦਾ ਕਾਮਨ ਹੋ ਚੁੱਕਿਆ ਹੈ, ਸੋ ਉਹਦੇ ਵਾਸਤੇ ਵੀ ਜਿਹੜੇ ਹੈ ਟੈਸਟ ਕੀਤੇ ਜਾ ਰਹੇ ਹੈ। ਇਸ ਦੇ ਨਾਲ ਹੀ ਆਦਮੀਆਂ ਦੇ ਪ੍ਰੋਸਟੇਟ ਕੈਂਸਰ ਜਿਹੜਾ ਹੈਗਾ ਉਹਦੇ ਵਾਸਤੇ ਵੀ ਟੈਸਟ ਕੀਤੇ ਜਾ ਰਹੇ ਨੇ।
ਸੋ ਇਹਨਾਂ ਟੈਸਟਾਂ ਤੋਂ ਇਲਾਵਾ ਰੂਟੀਨ ਟੈਸਟ ਹੋਰ ਵੀ ਜਿਸ ਤਰ੍ਹਾਂ ਕਿ ਬਲੱਡ ਸ਼ੂਗਰ ਟੈਸਟ, ਐੱਚ ਆਈ ਵੀ ਦੇ ਟੈਸਟ ਉਹ ਕੀਤੇ ਜਾ ਰਹੇ ਨੇ, ਬੋਨ ਡੈਂਸਿਟੀ ਚੈੱਕ ਕੀਤੀ ਜਾ ਰਹੀ ਹੈ ਜਿਹਦੇ ਨਾਲ ਇਹ ਦੇਖਣਾ ਕਿ ਸਾਡੀਆਂ ਹੱਡੀਆਂ ਕਿੰਨੀਆਂ ਮਜ਼ਬੂਤ ਨੇ, ਉਹਦੇ ਵਿੱਚ ਕੋਈ ਏਜ ਦੇ ਅਕੋਰਡਿੰਗਲੀ ਓਸਟੀਓਪਰੋਟਿਕ ਚੇਂਜਿਸ ਤਾਂ ਨਹੀਂ ਆ ਰਹੀਆਂ। ਸੋ ਇਹ ਜਿਹੜਾ ਕੈਂਪ ਹੈਗਾ ਕਾਫੀ ਵੱਡੇ ਪੱਧਰ 'ਤੇ ਲਗਾਇਆ ਜਾ ਰਿਹਾ। ਸਕਰੀਨਿੰਗ ਕਰਨ ਤੋਂ ਬਾਅਦ ਇਹਦੀ ਰਿਪੋਰਟ ਜਿਹੜੀ ਹੈ ਇੱਥੇ ESI ਹੋਸਪਿਟਲ ਵਿੱਚ ਹੀ 15 ਦਿਨਾਂ ਬਾਅਦ ਟੈਸਟਾਂ ਦੀ ਰਿਪੋਰਟ ਆਏਗੀ। ਸੋ ਉਹਨਾਂ ਟੈਸਟਾਂ ਵਿੱਚ ਜਿਹੜੀ ਕੋਈ ਡਿਟੈਕਸ਼ਨ ਹੁੰਦੀ ਹੈ ਕਿਸੇ ਦੀ ਕੈਂਸਰ ਲਈ, ਉਹਨੂੰ ਫਰਦਰ ਫੋਲੋ ਕੀਤਾ ਜਾਏ, ਫੋਲੋਅਪ ਕੀਤਾ ਜਾਏਗਾ। ਜਾਂ ਜਿਹੜੇ ਕਿ ਪ੍ਰੋਨ ਹੋ ਸਕਦੇ ਹੈ ਕੈਂਸਰ ਨੂੰ, ਜਿਸ ਤਰ੍ਹਾਂ ਕਈਆਂ ਦੀ ਫੈਮਿਲੀ ਹਿਸਟਰੀ ਹੁੰਦੀ ਹੈ ਕੈਂਸਰ, ਬ੍ਰੈਸਟ ਦੀ, ਯੂਟਰਸ ਦੇ ਕੈਂਸਰ ਦੀ, ਸਰਵਾਈਕਲ ਕੈਂਸਰ ਦੀ, ਜਾਂ ਪ੍ਰੋਸਟੇਟ ਕੈਂਸਰ ਦੀ ਫੈਮਿਲੀ ਹਿਸਟਰੀ ਕੈਂਸਰ ਦੀ ਜਿਨ੍ਹਾਂ ਕੇਸਾਂ ਵਿੱਚ ਹੁੰਦੀ ਹੈ, ਉਹਨਾਂ ਦੇ ਵੀ ਫਰਦਰ ਜਿਹੜੇ ਹੈ ਸਕਰੀਨਿੰਗ ਟੈਸਟ ਕੀਤੇ ਜਾਣਗੇ, ਅਤੇ ਫਰਦਰ ਉਹਨਾਂ ਦਾ ਫੋਲੋਅਪ ਕਰਕੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਉਹਨਾਂ ਨੂੰ ਗਾਈਡ ਕੀਤਾ ਜਾਏਗਾ ਵੀ ਉਹ ਕਿੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰਾ ਸਕਦੇ ਆ, ਅਤੇ ਉਹਨਾਂ ਨੂੰ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਆ ਕੇ ਉਹਨਾਂ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ। ਕਿਉਂਕਿ ਅਦਰਵਾਈਜ਼ ਜਦੋਂ ਅਸੀਂ ਕਿਤੇ ਜਾਂਦੇ ਹਾਂ ਟੈਸਟ ਕਰਾਉਣ ਵਾਸਤੇ ਅਤੇ ਇੱਕ ਥਾਂ 'ਤੇ ਅਸੀਂ ਇੱਕ ਟੈਸਟ ਵਾਸਤੇ ਹੀ ਜਾ ਸਕਦੇ ਹਾਂ। ਸੋ ਇੱਥੇ ਅੰਡਰ ਵਨ ਰੂਫ ਇਹਨਾਂ ਵੱਲੋਂ ਆਪਣੀਆਂ ਸਾਰੀਆਂ ਬੱਸਿਸ ਲਿਆ ਕੇ ਉਹਨਾਂ ਦੇ ਵਿੱਚ ਸਭ ਦੇ ਟੈਸਟ ਕੀਤੇ ਜਾ ਰਹੇ ਨੇ, ਜੋ ਕਿ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਹਦੇ ਨਾਲ ਲੋਕਾਂ ਨੂੰ ਅਰਲੀ ਡਿਟੈਕਸ਼ਨ ਜਿਹੜੀ ਹੈ ਕੈਂਸਰ ਦੀ ਸਕਰੀਨਿੰਗ ਕਰਕੇ ਕੀਤੀ ਜਾ ਸਕਦੀ। ਸ਼ਹਿਰ ਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹਾਂ, ਪ੍ਰਸ਼ਾਸਨ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ। ਇਹਨਾਂ ਵਿੱਚੋਂ ਇੱਕ ਹੈ ਕੇਅਰ, ਜੇ ਕਿ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ ਅਗਰ ਲੋਕਾਂ ਦੀ, ਔਰ ਲੋਕ ਮੈਡੀਕਲ ਟੈਸਟ ਵਗੈਰਾ ਰੈਗੂਲਰ ਕਰਵਾਉਂਦੇ ਰਹਿਣ, ਤਾਂ ਸਿਹਤ ਉਹਨਾਂ ਦੀ ਠੀਕ ਰਹਿ ਸਕਦੀ ਹੈ। ਅਸੀਂ ਵੇਖ ਰਹੇ ਹਾਂ ਕਿ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਇਹ ਕੁਝ ਗੱਡੀਆਂ ਆਈਆਂ ਹੋਈਆਂ ਨੇ ਜਿਹੜੀਆਂ ਕਿ ਅੰਮ੍ਰਿਤਸਰ ਦੇ ਵੱਖ ਵੱਖ ਥਾਵਾਂ ਦੇ ਉੱਤੇ ਇਹਨਾਂ ਨੇ ਕੈਂਪਸ ਲਗਾਏ ਹੋਏ ਹਨ। ਕੈਂਸਰ ਅਵੇਅਰਨੈਸ ਹੈ, ਕੈਂਸਰ ਕੇਅਰ ਕਿਵੇਂ ਅਸੀਂ ਕਰ ਸਕਦੇ ਹਾਂ, ਉਹਦੇ ਤੋਂ ਬਚਾਅ ਕਿਵੇਂ ਕਰ ਸਕਦੇ ਹਾਂ, ਔਰ ਕੀ ਮੈਡੀਸਿਨਸ ਵਗੈਰਾ ਹੈਗੀਆਂ ਨੇ, ਉਹ ਸਾਰਾ ਅਸੀਂ ਫ੍ਰੀ ਚੈੱਕਅਪ ਔਰ ਫ੍ਰੀ ਮੈਡੀਸਿਨਸ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ। ਅਸੀਂ ਵੇਖ ਰਹੇ ਹਾਂ ਕਿ ਲੋਕਾਂ ਦਾ ਰਸ਼ ਹੈਗਾ, ਅਵੇਅਰਨੈਸ ਹੈ ਕਿ ਲੋਕ ਚਾਹੁੰਦੇ ਹਨ ਕਿ ਉਹਨਾਂ ਦੀ ਸਿਹਤ ਠੀਕ ਰਹੇ, ਔਰ ਆਪਣੇ ਆਪ ਬਾਰੇ ਕੀ ਉਹ ਜਾਣ ਸਕਦੇ ਹਨ ਉਹ ਇਸੇ ਤਰੀਕੇ ਨਾਲ ਜਾਣ ਸਕਦੇ ਹਨ। ਕੈਮਰਾ ਪਰਸਨ ਅਜੇ ਨਾਲ JP ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ। DJ ਅਤੇ ਸਪੀਕਰਾਂ ਕਾਰਨ ਟੋਲੀਆਂ ਵਾਲਿਆਂ ਦੇ ਕੰਮਾਂਕਾਰ ਬੰਦ ਹੋਣ ਦੀ ਕਗਾਰ ਤੇ ਹਨ, ਜਿਸ ਦੇ ਚੱਲਦਿਆਂ ਟੋਲੀਆਂ ਵੱਲੋਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਾ ਦੱਸਿਆ ਗਿਆ ਕਿ ਬਦਲਦੇ ਯੁੱਗ ਅਤੇ ਬਦਲਦੀ ਟੈਕਨੋਲੋਜੀ ਕਾਰਨ, DJ ਅਤੇ ਸਪੀਕਰਾਂ ਅਤੇ ਵੱਧਦੀ ਮਹਿੰਗਾਈ ਕਾਰਨ ਲੋਕ ਟੋਲੀਆਂ ਨੂੰ ਪਹਿਲਾਂ ਵਾਂਗ ਬੁੱਕ ਨਹੀਂ ਕਰ ਰਹੇ, ਜਿਸ ਦੀ ਮਿਸਾਲ 2022 ਦੇ ਚੜ੍ਹੇ ਨਵਰਾਤਰਿਆਂ ਵਿੱਚ ਵੇਖਣ ਨੂੰ ਮਿਲ ਰਹੀ ਹੈ। ਜੋ ਲੋਕ ਨਵਰਾਤਰਿਆਂ ਤੋਂ 10 ਦਿਨ ਪਹਿਲਾਂ ਹੀ ਪੂਰੇ ਨਵਰਾਤਰਿਆਂ ਤੱਕ ਟੋਲੀਆਂ ਨੂੰ ਬੁੱਕ ਕਰ ਲੈਂਦੇ ਸਨ, ਪਰ ਉਹ ਹੁਣ ਬਿਲਕੁਲ ਹੀ ਖਤਮ ਹੁੰਦਾ ਜਾ ਰਿਹਾ ਹੈ। ਪੇਸ਼ ਹੈ ਇਸ ਸੰਬੰਧੀ ਫਾਸਟਵੇ ਦੀ ਇੱਕ ਸਪੈਸ਼ਲ ਰਿਪੋਰਟ। ਸਾਨੂੰ ਤਕਰੀਬਨ 20-22 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ। ਅੱਜ ਕੱਲ੍ਹ ਡਿਜੀਟਲ ਜ਼ਮਾਨਾ ਆ, ਠੀਕ ਜੇ, ਅੱਜ ਕੱਲ੍ਹ DJ ਚੱਲ ਪਿਆ ਆ, ਹੋਰ ਸਾਊਂਡ ਵਗੈਰਾ ਚੱਲ ਪਏ ਨੇ, ਇਸ ਕਰਕੇ ਜਿਹੜੀ ਢੋਲ ਦੀ ਕਦਰ ਜਿਹੜੀ ਘੱਟ ਗਈ ਹੈ। ਹਾਂਜੀ, ਨਵਰਾਤਿਆਂ ਦੇ ਵਿੱਚੋਂ 8 ਦਿਨ ਕੰਮ ਚੱਲਣਾ ਆ, 10 ਦਿਨ ਅੱਗੇ ਫਿਰ ਸੀਜ਼ਨ ਚੱਲ ਪੈਣਾ ਢੋਲ ਦਾ, ਵਿਆਹ ਸ਼ਾਦੀ ਦਾ, ਦਸੰਬਰ ਜਨਵਰੀ 'ਚ, ਅਤੇ ਫਿਰ ਉੱਧਰ ਰੋਜ਼ੇ ਜਾਵਾਂਗੇ। ਪਹਿਲੇ ਜਿਹੜੇ ਹੁੰਦੇ ਸੀ, ਜਿਹੜਾ ਬੱਚਾ ਲੰਗੂਰ ਬੰਨਦਾ ਸੀ ਉਹ ਚੇਚਾ ਢੋਲੀ ਕਰਕੇ ਲਿਆਉਂਦਾ ਸੀ, ਅੱਜ ਕੱਲ੍ਹ ਢੋਲੀ ਨਹੀਂ ਕਰਦੇ। ਅੱਜ ਕੱਲ੍ਹ ਇੱਥੇ ਦਿੰਦੇ 100-50 ਰੁਪਈਆ ਦੇ, ਇੱਥੇ ਲੈ ਜਾਂਦੇ ਰਿਸ਼ਤੇਦਾਰਾਂ ਦੇ। ਪਹਿਲਾਂ ਉਹ 10 ਦਿਨ ਢੋਲੀ ਉਹਨਾਂ ਦੇ ਨਾਲ ਵੱਜਦਾ ਸੀ ਪੱਕਾ ਹੀ, ਉਹਨਾਂ ਲੈ ਕੇ ਜਾਣਾ ਅਤੇ ਉਹਨਾਂ ਦੇ ਨਾਲ ਜਾਣਾ ਅਤੇ ਉਹਨਾਂ ਦੇ ਘਰ ਖਾਣਾ ਪੀਣਾ ਅਤੇ ਉਹਨਾਂ ਦੇ ਘਰੋਂ ਆਪਾਂ ਇੱਥੇ ਆਉਣਾ ਮੰਦਰ 'ਚ, ਠੀਕ ਹੈ ਜੀ। ਅੱਜ ਕੱਲ੍ਹ ਕੀ ਆ, ਇੱਥੋਂ ਲੈ ਕੇ ਜਾਣਾ ਆ, ਰਿਸ਼ਤੇਦਾਰ ਦੇ ਘਰ ਜਾਣਾ, ਜਦੋਂ ਇਹਨਾਂ ਨੂੰ ਢੋਲੀ ਲੈ ਜਾਣਾ, ਰੁਪਈਆ 100 ਜਾਂ 200 ਦੇਣਾ ਇਹਨਾਂ ਨੇ, ਠੀਕ ਹੈ। ਦੋਵਾਂ ਚੋਵਾਂ ਰਿਸ਼ਤੇਦਾਰਾਂ ਦੇ ਘਰ ਜਾਣਾ ਆ ਤਾਂ ਰੁਪਈਆ 500-700 ਜਿਹਾ ਇੰਨਾ ਸਰ ਜਾਂਦਾ ਇਹਨਾਂ ਲੋਕਾਂ ਦਾ। ਅਤੇ ਕਿਉਂਕਿ ਅਸੀਂ ਇੱਥੇ ਢੋਲੀ ਬਾਹਰੋਂ ਵੀ ਬਹੁਤ ਆਉਂਦੇ ਆ ਬੇਰੁਜ਼ਗਾਰੀ ਹੋਣ ਦੇ ਕਰਕੇ, ਅਤੇ ਢੋਲੀ ਜਿਹੜੇ ਲਾਗੋਂ ਦੂਰੋਂ ਆਉਂਦੇ ਆ ਉਹ ਕਹਿ ਦਿੰਦੇ ਆ ਠੀਕ ਆ ਸਾਡਾ ਖਰਚਾ ਵਰਚਾ ਨਿਕਲ ਜੂ, ਇਹੋ ਸਹੀ। ਤਾਦਾਦ ਬਹੁਤ ਹੋ ਗਈ ਜੀ, ਨਵੀਂ ਜਨਰੇਸ਼ਨ ਬਹੁਤ ਹੋ ਗਈ ਹੈ, ਉਹ ਕਦਰ ਨਹੀਂ ਕਰਦੇ ਢੋਲੀ ਦੀ ਜਿਹੜੀ ਪਹਿਲਾਂ ਹੁੰਦੀ ਸੀ।
ਮਾੜਾ ਨਾਤੇ ਚੱਲਣ ਦੇ ਆ, ਮਾੜਾ ਮੋਟਾ ਰੋਜ਼ਗਾਰ ਬਣੀ ਜਾਂਦਾ, ਰੋਟੀ ਪਾਣੀ ਚੱਲੀ ਜਾਂਦਾ ਜੀ। ਮੈਨੂੰ ਭਾਈ 26 ਸਾਲ ਹੋ ਚੱਲੇ ਅੱਜ, ਢੋਲਦਾ ਸਰ ਹੈ, ਖਿੱਚ ਤਾਂ ਹੈਗੀ ਪਰ ਨਹੀਂ ਗੁਜ਼ਾਰਾ ਨਹੀਂ ਹੁੰਦਾ ਪਿਆ ਜੀ। ਤੁਹਾਨੂੰ ਮਹਿੰਗਾਈ ਬਹੁਤ ਹੋ ਗਈ ਆ, ਥੋੜ੍ਹਾ ਬਹੁਤ ਖਰਚਾ ਵਰਚਾ ਬਣ ਜਾਂਦਾ ਜੀ। ਹਾਂਜੀ ਹਾਂਜੀ, ਜਿੰਨੇ ਪਹਿਲਾਂ ਬਣਦੇ ਸੀ ਅੱਗੇ, ਕਿ ਜਿੱਦਾਂ ਪਹਿਲਾਂ ਪੈਸੇ ਮਿਲਦੇ ਸੀ, ਹੁਣ ਨਹੀਂ, ਇੱਦਾਂ ਗਾਹਕ ਪੈਸੇ ਨਹੀਂ ਭਰਦਾ। ਹਾਂ ਸਭ ਬਹੁਤ ਜ਼ਿਆਦਾ ਘੱਟ ਗਿਆ ਜੀ। ਖੁੱਲ੍ਹੇ ਵਿਹੜਿਆਂ ਦੇ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਕੋਰੋਨਾ ਦੇ ਕਰਕੇ ਕਿਤੇ ਸੀਮਤ ਹੀ ਰਹਿ ਚੁੱਕੇ ਸੀਗੇ, ਪਰ ਉਹਨਾਂ ਨੂੰ ਮੁੜ ਉਜਾਗਰ ਕਰਦੇ ਹੋਇਆਂ ਪਾਵਨ ਤਿਉਹਾਰ ਨਵਰਾਤਰਿਆਂ ਦੇ ਜਿਸ ਸੰਬੰਧ ਦੇ ਵਿੱਚ ਲੰਗੂਰ ਮੰਦਰ, ਜਿਸ ਨੂੰ ਬੜਾ ਹਨੂੰਮਾਨ ਮੰਦਰ, ਉੱਤਰ ਭਾਰਤ ਦਾ ਪ੍ਰਸਿੱਧ ਮੰਦਰ ਦੁਗੈਰਾ ਤੀਰਥ ਦੇ ਬਿਲਕੁਲ ਨਾਲ ਹੈ, ਜਿੱਥੇ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਨੇ ਅਤੇ ਇੱਥੇ ਮੱਥਾ ਟਿਕਾਉਂਦੇ ਨੇ, ਪਰ ਢੋਲੀਆਂ ਇਤਜ਼ਾਜ ਇੱਥੇ ਹੁਣ ਵੇਖਣ ਨੂੰ ਮਿਲ ਰਹੀ ਹੈ। ਪਰ ਇਹਨਾਂ ਦਾ ਕਹਿਣਾ ਹੈਗਾ ਕਿ ਕਾਫੀ ਸਾਲਾਂ ਤੋਂ ਅਸੀਂ ਕੰਮ ਕਰਦੇ ਪਏ ਹਾਂ, ਹੁਣ ਜਨਰੇਸ਼ਨ ਨਵੀਂ ਵੀ ਆ ਰਹੀ ਹੈ ਢੋਲ ਦੇ ਕੰਮ ਦੇ ਵਿੱਚ, ਪਰ ਲੋਕ ਉਹਨੇ ਪੈਸੇ ਨਹੀਂ ਭਰਦੇ ਜਿੱਦਾਂ ਪਹਿਲਾਂ ਇਹਨਾਂ ਦਾ ਰੁਝਾਨ ਸੀਗਾ, ਲੋਕਾਂ ਨੂੰ ਖਿੱਚ ਸੀਗੀ ਢੋਲੀ ਦੀ, ਪਰ ਉਨੀ ਖਿੱਚ ਨਹੀਂ ਸੀਗੀ। ਇਹਨਾਂ ਦੀ ਇੱਕੋ ਹੀ ਮੰਗ ਆ, ਜਿਹੜੀ ਮਹਿੰਗਾਈ ਦੀ ਮਾਰ ਸਾਰਿਆਂ ਦੇ ਉੱਤੇ ਪੈ ਰਹੀ ਹੈ, ਉਹਨੂੰ ਘਟਾਉਣ ਵੱਲ ਸਰਕਾਰ ਕਿਤੇ ਧਿਆਨ ਦੇਵੇ ਅਤੇ ਜਿਹੜਾ ਢੋਲੀਆਂ ਜਿਹੜਾ ਕੰਮ ਹੈ ਕਾਰ ਵਧੀਆ ਤਰੀਕੇ ਨਾਲ ਉਹਨਾਂ ਦੇ ਘਰ ਬਾਰ ਦੇ ਖਚੜੇ ਵਧੀਆ ਤਰੀਕੇ ਨਾਲ ਚੱਲ ਸਕੇ। ਅਤੇ ਸਾਡੀ ਫਾਸਟਵੇ ਟੀਮ ਵੱਲੋਂ ਅੱਜ ਦੂਸਰਾ ਨਰਾਤਾ ਹੈ ਮਾਂ ਬ੍ਰਹਮਚਾਰਨੀ ਦੀ, ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਵੇ ਨਿਊਜ਼, ਅੰਮ੍ਰਿਤਸਰ। ਜੰਡਿਆਲਾ ਗੁਰੂ ਵਿਖੇ ਨਿੱਜੀ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਅਤੇ ਪਲਾਸਟਿਕ ਦੇ ਲਿਫਾਫਿਆਂ ਨੂੰ ਲੈ ਕੇ ਪੈਦਲ ਮਾਰਚ ਕੱਢਿਆ ਗਿਆ ਤੇ ਲੋਕਾਂ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ। ਅਸੀਂ ਅੱਜ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਨੁੱਕੜ ਨਾਟਕ ਔਰ ਹੋਰ ਐਕਟੀਵਿਟੀਜ਼ ਅਸੀਂ ਕਰਾ ਰਹੇ ਹਾਂ, ਜਿਸ ਵਿੱਚ ਸਰਕਾਰ ਵੱਲੋਂ ਜਿਹੜਾ ਜੋ ਵੀ ਸਵੱਛ ਭਾਰਤ ਦੇ ਸਫਾਈ ਸੰਬੰਧੀ ਜਿਹੜੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਉਹਨਾਂ ਨੂੰ ਲੋਕਾਂ ਪ੍ਰਤੀ ਪਹੁੰਚਾਉਣ ਵਾਸਤੇ ਔਰ ਪਬਲਿਕ ਨੂੰ ਜਾਗਰੂਕ ਕਰਨ ਵਾਸਤੇ ਕਿ ਆਪਣਾ ਸਫਾਈ ਜਿਹੜੀ ਆ ਬਹੁਤ ਜ਼ਰੂਰੀ ਆ। ਪੁਲਿਸ ਥਾਣਾ ਸੀ ਡਿਵੀਜ਼ਨ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰ ਉਸਦੇ ਕਬਜ਼ੇ ਵਿੱਚੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਥਾਣਾ ਛਿਆਟਾ ਪਾਸੋਂ ਇੱਕ ਦੋਸ਼ੀ ਨੂੰ ਕਾਬੂ ਕਰ ਉਸਦੇ ਕਬਜ਼ੇ ਵਿੱਚੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਪੁਲਿਸ ਥਾਣਾ ਸੁਲਤਾਨਵਿੰਡ ਪਾਸੋਂ ਇੱਕ ਦੋਸ਼ੀ ਨੂੰ ਕਾਬੂ ਕਰ ਉਸਦੇ ਕਬਜ਼ੇ ਵਿੱਚੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਸੰਬੰਧੀ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਵੱਲੋਂ ਮਨਾਇਆ ਗਿਆ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ 5 रुपए से शुरू। Fun land in your city, unlimited fun.
a pagal, pagal. Tumhari body just a bottle, bottle. Pasa chane ja, pan meri Yamaha. Let me hit the throttle. Let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਸੰਗਠਨ ਦੇ ਦਫ਼ਤਰ ਮਕਬੂਲ ਰੋਡ ਵਿਖੇ ਕੀਤਾ ਗਿਆ। ਇਸ ਮੌਕੇ ਅੱਤਵਾਦੀ ਵਿਰੋਧੀ ਸੰਗਠਨ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੰਗਠਨ ਦੇ ਮੈਂਬਰਾਂ ਵੱਲੋਂ ਭਗਤ ਸਿੰਘ ਜੀ ਦੀ ਤਸਵੀਰ ਉੱਪਰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਪਵਨ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਚੰਡੀਗੜ੍ਹ ਏਅਰਪੋਰਟ ਭਗਤ ਸਿੰਘ ਦੇ ਨਾਮ ਤੇ ਰੱਖਣਾ ਸ਼ਲਾਘਾਯੋਗ ਹੈ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਕਵਲਜੀਤ ਭੁੱਲਰ, ਅਸ਼ੋਕ ਸ਼ਾਹੀ, ਤਜਿੰਦਰ ਹੈਪੀ, ਗੁਰਤੀਰਥ ਸਿੰਘ, ਬਲਬੀਰ ਸਿੰਘ, ਰਾਜੂ, ਕਿਸ਼ਨ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਭਗਤ ਸਿੰਘ ਸਾਡੇ ਦੇਸ਼ ਦਾ ਮਹਾਨ ਯੋਧਾ ਸੀ। ਅੱਜ ਪ੍ਰਧਾਨ ਮੰਤਰੀ ਹੋਰਾਂ ਨੇ ਏਅਰਪੋਰਟ ਦਾ ਨਾਂ ਭਗਤ ਸਿੰਘ 'ਤੇ ਰੱਖ ਕੇ ਪੰਜਾਬੀਆਂ ਦਾ ਬਹੁਤ ਗੌਰਵ ਵਧਾਇਆ ਹੈ। ਅਸੀਂ ਜਿੱਥੇ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ। ਉੱਥੇ ਹੀ ਇੱਕ ਬਹੁਤ ਵੱਡੀ ਚਿੰਤਾ, ਸਾਡੇ ਪੰਜਾਬ ਦੇ ਵਿੱਚ ਨਸ਼ਾ ਭੇਜ ਕੇ, ਡਰਾਉਣ ਦੇ ਜ਼ਰੀਏ ਹਥਿਆਰ ਭੇਜ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨਾ ਚਾਹੁੰਦਾ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸਾਡੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ। ਅਟਾਰੀ ਅਧੀਨ ਆਉਂਦੇ ਪਿੰਡ ਹੁਸ਼ਿਆਰ ਨਗਰ ਵਿੱਚ ਸੱਚਖੰਡ ਵਾਸੀ ਸੰਤ ਬਾਬਾ ਮੰਗਲ ਸਿੰਘ ਜੀ ਦੀ ਬਰਸੀ ਹਰ ਸਾਲ ਦੀ ਤਰ੍ਹਾਂ ਮਨਾਈ ਗਈ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਤੋਂ ਰਜਿੰਦਰ ਮੋਹਨ ਸਿੰਘ ਛੀਨਾ, ਬੀਜੇਪੀ ਦਿਹਾਤੀ ਦੇ ਜਨਰਲ ਸੈਕਟਰੀ ਸੁਸ਼ੀਲ ਦੇਵਕਨ, ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਮੌਜੂਦਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਹਰਪਾਲ ਸਿੰਘ ਡਿੱਡਨ, ਗੋਲਾ ਪਹਿਲਵਾਨ ਹਾਜ਼ਰ ਸਨ। ਇਸ ਮੌਕੇ ਤੇ ਕਬੱਡੀ ਟੂਰਨਾਮੈਂਟ ਵੀ ਕਰਵਾਏ ਗਏ। ਖਿਡਾਰੀਆਂ ਨੂੰ ਮੁੱਖ ਸੇਵਾਦਾਰ ਬਾਬਾ ਗੁਰਪਿੰਦਰ ਸਿੰਘ ਅਤੇ ਬਾਬਾ ਇੰਦਰਬੀਰ ਸਿੰਘ ਨੇ ਸਨਮਾਨਿਤ ਕੀਤਾ। ਇਹ ਸੱਚਖੰਡ ਵਾਸੀ ਸੰਤ ਬਾਬਾ ਮੰਗਲ ਸਿੰਘ ਜੀ ਦੀ 21ਵੀਂ ਬਰਸੀ ਜਿਹੜੀ ਅੱਜ ਬੜੇ ਧੂਮਧਾਮ ਨਾਲ ਸਾਰੀਆਂ ਸੰਗਤਾਂ ਵੱਲੋਂ ਮਨਾਈ ਗਈ ਹੈ, ਜਿਸ ਦੇ ਵਿੱਚ ਉੱਚ ਕੋਟੀ ਦੇ ਰਾਗੀ ਜਥੇ, ਕਮਿਸ਼ਨਰ ਜਥੇ, ਬਹੁਤ ਹੀ ਵੱਡੇ ਕਥਾਵਾਚਕ ਜਿਨ੍ਹਾਂ ਨੇ ਅੱਜ ਇਸ ਮੇਲੇ ਵਿੱਚ ਸ਼ਮੂਲੀਅਤ ਕੀਤੀ ਹੈ। ਵੀ ਸਾਡੇ ਸੰਗਤਾਂ ਦਾ, ਮਹਾਂਪੁਰਸ਼ਾਂ ਵੱਲੋਂ, ਬਾਬੇ ਗੁਰਪਿੰਦਰ ਸਿੰਘ ਵੱਲੋਂ ਬਹੁਤ ਧੰਨਵਾਦ ਕੀਤਾ, ਬਹੁਤ ਸਹਿਯੋਗ ਦਿੱਤਾ ਇਲਾਕੇ ਦੀਆਂ ਸੰਗਤਾਂ ਨੇ, ਪੰਚਾਂ ਸਰਪੰਚਾਂ ਨੇ, ਅਤੇ ਸਾਡੇ ਵਿਸ਼ੇਸ਼ ਸਨਮਾਨਿਤ ਜਿਹੜਾ ਵਾ ਉਹ ਕਬੱਡੀ ਦਾ ਸਰਦਾਰ ਨੋਕ ਸਿੰਘ ਸਰਪੰਚ ਜਾਲੀ ਪਰਿਵਾਰ ਨੇ ਕੀਤਾ। ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਮਹੇਸ਼ ਵਰਮਾ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਰਵੀ ਕੁਮਾਰ ਸੇਠ ਨੂੰ ਵੱਲਾ ਸਬਜ਼ੀ ਮੰਡੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਮੀਤ ਪ੍ਰਧਾਨ ਸੁਗਰੀਮ ਕੇਵਟ, ਸੰਤੋਸ਼ ਕੇਵਟ, ਸਕੱਤਰ ਮੋਨੂ ਭਗਤ, ਗੱਬਰ ਚੌਹਾਨ ਨੂੰ ਚੁਣਿਆ ਗਿਆ। ਇਸ ਮੌਕੇ ਤੇ ਚਰਨਜੀਤ ਸਿੰਘ ਬੱਤਰਾ ਨੂੰ ਫਰੂਟ ਐਂਡ ਵੈਜੀਟੇਬਲ ਮਰਚੈਂਟ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਕਈ ਮੈਂਬਰਸ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਤੇ ਜਿਹੜਾ ਵੱਲਾ ਮੰਡੀ ਦੇ ਵਿੱਚ ਦੇ ਵੈਂਡਰ ਨੇ, ਜਿਹੜੇ ਸਾਡੇ ਸਟਰੀਟ ਵੈਂਡਰ ਨੇ, ਉਹਨਾਂ ਦਾ ਪ੍ਰਧਾਨ ਚੁਣਿਆ ਗਿਆ। ਪਹਿਲਾਂ ਜਿਹੜੇ ਰਵਿੰਦਰ ਜੀ ਸਾਡੇ ਕਾਫੀ ਪਹਿਲਾਂ ਪ੍ਰਧਾਨ ਰਹੇ ਨੇ, ਬਹੁਤ ਜੁਝਾਰੂ ਨੇਤਾ ਰਹੇ ਨੇ। ਹੁਣ ਜਿਹੜਾ ਰਵੀ ਜੀ ਨੂੰ ਮੌਕਾ ਇਹਨਾਂ ਨੇ ਦਿੱਤਾ ਸਾਰਿਆਂ ਨੇ ਸਹਿਮਤੀ ਦੇ ਨਾਲ, ਅਤੇ ਰਵੀ ਜੀ ਨੂੰ ਪ੍ਰਧਾਨ ਬਣਾਇਆ ਗਿਆ। ਉਹਨਾਂ ਦੇ ਨਾਲ ਸੰਤੋਸ਼ ਜੀ ਨੇ ਜਿਹੜੇ ਵਾਈਸ ਪ੍ਰਧਾਨ ਬਣੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਨੇਜਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੱਲੋਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰਬ ਦੇ ਸੰਬੰਧ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ 4 ਸਤੰਬਰ ਤੋਂ 11 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਭਗਵਾਨ ਵਾਲਮੀਕਿ ਬ੍ਰਹਮਾਲਿਆ ਅੰਦਰੂਨੀ
ਲਾਹੌਰੀ ਗੇਟ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਚਾਂਦੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਧਾਨ ਚੌਧਰੀ ਵਿੱਕੀ ਮਲਹੋਤਰਾ, ਰਾਜਕੁਮਾਰ ਭੰਡਾਰੀ, ਰਾਹੁਲ ਮੱਟੂ, ਰਿੰਕੂ ਮਲਹੋਤਰਾ, ਬਾਬਾ ਰਾਜਦਾਸ, ਰਜੇਸ਼ ਮਲਹੋਤਰਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਮੌਜੂਦ ਸਨ। ਨਵਰਾਤਰਿਆਂ ਦੇ ਮੌਕੇ ਤੇ ਨਵ ਸ਼ਕਤੀ ਡੇਰਾ ਵੱਲੋਂ ਮੰਦਿਰ ਦੇਵਾ ਜੀ ਜਾਮੁਨਵਾਲੀ ਰੋਡ ਵਿਖੇ ਭਗਵਤੀ ਜਾਗਰਣ ਕੀਤੇ ਜਾ ਰਹੇ ਹਨ। ਪ੍ਰੇਮ ਸ਼ਰਮਾ, ਪੰਕਜ ਸ਼ਰਮਾ, ਅਮਿਤ ਸ਼ਰਮਾ ਤੇ ਰੋਹਿਤ ਸ਼ਰਮਾ ਨੇ ਭਗਵਤੀ ਗੁਣਗਾਨ ਕੀਤਾ। ਸ਼੍ਰੀ ਰਾਮ ਨਵਮੀ ਨੂੰ ਭੰਡਾਰਾ ਕੀਤਾ ਜਾਏਗਾ। ਫਾਸਟਵੇ ਵੱਲੋਂ ਚੈਨਲ ਨੰਬਰ 998 ਤੇ ਭਗਵਤੀ ਜਾਗਰਣ ਦਾ ਸਿੱਧਾ ਪ੍ਰਸਾਰਣ ਕੀਤਾ ਜਾਏਗਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਨਵਰਾਤਰਿਆਂ ਦੇ ਮੌਕੇ ਤੇ ਗਾਇਕ ਰਾਜੇਸ਼ ਰਾਜੂ ਵੱਲੋਂ ਮਹਾਮਾਈ ਜੀ ਦੀਆਂ ਪੇਟਾਂ ਦਾ ਗੁਣਗਾਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਨਵਰਾਤਰਿਆਂ ਦੇ ਮੌਕੇ ਤੇ ਮੰਦਿਰ ਕਟਰਾ ਭਾਈ ਸੰਤ ਸਿੰਘ ਵਿਖੇ ਮਹੰਤ ਬ੍ਰਿਜ ਮੋਹਨ ਸ਼ਰਮਾ ਦੀ ਅਗਵਾਈ ਹੇਠ ਹੋਟਲ ਕੁਮਾਰ ਇੰਟਰਨੈਸ਼ਨਲ ਵਾਲਿਆਂ ਦੇ ਸਹਿਯੋਗ ਨਾਲ ਭਗਵਤੀ ਜਾਗਰਣ ਕੀਤੇ ਜਾ ਰਹੇ ਹਨ। ਫਾਸਟਵੇ ਵੱਲੋਂ ਚੈਨਲ ਨੰਬਰ 243 ਦੇ ਜਾਗਰਣ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਛਿਆਟਾ ਵਿਖੇ ਪੱਲਾ ਕਲੋਨੀ ਡਰਾਮੈਟਿਕ ਕਲੱਬ ਦੇ ਪ੍ਰਧਾਨ ਸਤੀਸ਼ ਬੱਲੂ ਦੀ ਸਮੂਹ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਜਪਾ ਆਗੂ ਕੇਵਲ ਕੁਮਾਰ, ਕੁਮਾਰ ਅਮਿਤ, ਕੌਂਸਲਰ ਅਰਵਿੰਦ ਸ਼ਰਮਾ, ਕ੍ਰਿਸ਼ਨ ਦੇਵਗਨ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। ਸ਼੍ਰੀ ਸ਼੍ਰੀ 1008 ਨਿਰਮਲੇ ਸੰਤ ਬਾਬਾ ਪੋੜੇ ਵਾਲੇ ਹਰ ਸਿੰਘ ਜੀ ਮਹਾਰਾਜ ਰਾਮਲੀਲਾ ਕਲੱਬ ਦੇ ਪ੍ਰਧਾਨ ਸਮੀਰ ਸ਼ਰਮਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਰਾਮ ਜੀ ਦੀ ਸੰਪੂਰਨ ਰਮਾਇਣ ਦਾ ਮੰਚਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀਆਂ ਲੀਲਾਵਾਂ ਨਾਲ ਸੰਬੰਧਿਤ ਸੁੰਦਰ ਝਾਂਕੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਪਹੁੰਚ ਕੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਵਿਸ਼ਾਲ ਸ਼ਰਮਾ ਨੰਨੂ, ਗਿਫਟੀ ਬੱਗਾ, ਵਿਕਰਮਜੀਤ ਸਿੰਘ, ਅਰਜੁਨ ਸ਼ਰਮਾ, ਰਿਤਿਕ ਸ਼ਰਮਾ, ਗੁਰਪ੍ਰੀਤ ਸਿੰਘ ਗੋਪੀ ਵੀ ਮੌਜੂਦ ਸਨ। ਨਵਰਾਤਰਿਆਂ ਦੇ ਸੰਬੰਧ ਵਿੱਚ ਸ਼ਿਵਾਲਾ ਬਾਗ ਬਾਈਆਂ ਵਿਖੇ ਰੋਜ਼ਾਨਾ ਭਗਵਤੀ ਜਾਗਰਣ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਪ੍ਰਸਿੱਧ ਭਜਨ ਮੰਡੀਆਂ ਵੱਲੋਂ ਮਹਾਮਾਈ ਜੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਜੇ ਰੋਲੀ, ਪ੍ਰਧਾਨ ਰਾਮਪਾਲ ਚਤਰਥ, ਸਾਬਕਾ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ, ਅਸ਼ਵਨੀ ਸ਼ਰਮਾ, ਬਲਦੇਵ ਰਾਜ ਬੱਗਾ, ਸੰਜੇ ਅਰੋੜਾ ਵੀ ਮੌਜੂਦ ਸਨ। ਸ਼੍ਰੀ ਮੁਕਤੀ ਨਾਰਾਇਣ ਧਾਮ ਵੈਂਕਟੇਸ਼ ਮੰਦਿਰ ਤਿਰੂਪਤੀ ਬਾਲਾਜੀ ਗ੍ਰੀਨਫੀਲਡ ਮਜੀਠਾ ਰੋਡ ਵਿਖੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ ਅਤੇ ਸਭ ਸੰਗਤਾਂ ਨੂੰ ਨਵਰਾਤਰਿਆਂ ਦੇ ਪਾਵਨ ਤਿਉਹਾਰ ਦੀ ਵਧਾਈ ਦਿੱਤੀ ਗਈ। ਇਸ ਮੌਕੇ ਗਾਇਕ ਵਿਨੇ ਸੁਦੇਸ਼ ਵੱਲੋਂ ਮਹਾਮਾਈ ਜੀ ਦੇ ਮਧੁਰ ਪੇਟਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪੰਡਿਤ ਜੈ ਕਿਸ਼ਨ, ਚਰਨਜੀਤ ਭਾਸਕਰ, ਸੁਨੀਲ ਉੱਪਲ, ਚਰਨਜੀਤ ਅਗਨੀਹੋਤਰੀ, ਧਰਮਪਾਲ ਪਰਾਸ਼ਰ,
ਭਾਰਤ ਭੂਸ਼ਣ ਗੁਪਤਾ, ਕ੍ਰਿਸ਼ਨ ਦੇਵ, ਅਗਨੀਹੋਤਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਗਲੀ ਮਾਈ ਰਾਮ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਰੋਜ਼ਾਨਾ ਜਾਗਰਣ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਮਾਤਾ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਹਨ। ਗੁਫਾ ਵਾਲਾ ਮੰਦਿਰ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਸ੍ਰੀ ਸ੍ਰੀ 1008 ਮਹਾਮੰਡਲੇਸ਼ਵਰ ਮਨੋਜ ਜੀ ਮਹਾਰਾਜ ਦੀ ਅਗਵਾਈ ਹੇਠ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਮੰਦਿਰ ਵਿਖੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਬਾਬਾ ਬਾਲਕ ਨਾਥ ਮੰਦਿਰ ਲੋਹਗੜ੍ਹ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮੰਦਿਰ ਵਿਖੇ ਰੋਜ਼ਾਨਾ ਸੰਕੀਰਤਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਕਾਲੀ ਮਾਤਾ ਮੰਦਿਰ ਦੁਰਗਿਆਨਾ ਆਬਾਦੀ ਵਿਖੇ ਨਵਰਾਤਰਿਆਂ ਦੇ ਮੌਕੇ ਤੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਮੰਦਿਰ ਸ਼ਿਵ ਧਾਮ ਕੁੱਬੀ ਬੇਰੀ ਵਿਖੇ ਰੋਜ਼ਾਨਾ ਨਵਰਾਤਰਿਆਂ ਦੇ ਸੰਬੰਧ ਵਿੱਚ ਪ੍ਰਮੋਦ ਭਾਟੀਆ ਦੀ ਅਗਵਾਈ ਹੇਠ ਮੰਦਿਰ ਵਿਖੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਮੰਦਿਰ ਮਾਤਾ ਚਿੰਤਪੁਰਨੀ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਰੋਜ਼ਾਨਾ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਭਜਨ ਮੰਡਲੀਆਂ ਵੱਲੋਂ ਮੰਦਿਰ ਵਿਖੇ ਮਹਾਮਾਈ ਜੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਕਾਲੀ ਮਾਤਾ ਮੰਦਿਰ ਟਾਪ ਬਸਤੀ ਰਾਮ ਵਿਖੇ ਨਵਰਾਤਰਾਂ ਦੇ ਉਪਲੱਖਸ਼ ਵਿੱਚ ਜਾਗਰਣ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਮੰਦਿਰ ਵਿਖੇ ਪਹੁੰਚ ਕੇ ਮਹਾਮਾਈ ਜੀ ਦੀਆਂ ਭੇਟਾਂ ਦਾ ਗੁਣਗਾਨ ਕਰ ਰਹੀਆਂ ਹਨ। ਨਵਰਾਤਰੋਂ ਦਾ ਹਰ ਸਾਲ ਦੀ ਤਰ੍ਹਾਂ ਕੀਰਤਨ 5 ਤੋਂ ਲੈ ਕੇ 8:30 ਵਜੇ ਤੱਕ ਹਰ ਰੋਜ਼ ਮੰਗਲਵਾਰ ਸੋਮਵਾਰ ਤੱਕ ਹੋਏਗਾ। ਨਵਰਾਤਰਿਆਂ ਦੇ ਸੰਬੰਧ ਵਿੱਚ ਸ਼ਿਵਾਲਾ ਲਕਸ਼ਮਣ ਸਰ ਵਿਖੇ ਰੋਜ਼ਾਨਾ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੰਦਿਰ ਵਿਖੇ ਪਹੁੰਚ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਬਾਜ਼ਾਰ ਖਿਲੋਣਾ ਵਾਲਾ ਵਿਖੇ ਨਵਰਾਤਰਿਆਂ ਦੇ ਮੌਕੇ ਤੇ ਰੋਜ਼ਾਨਾ ਮੰਦਿਰ ਵਿਖੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਮੰਦਿਰ ਵਿਖੇ ਪਹੁੰਚ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਮੰਦਿਰ ਤੁਲਸੀਦਾਸ ਜੀ ਕਟਰਾ ਦੁੱਲੋ ਵਿਖੇ
ਨਵਰਾਤਰਾ ਦੇ ਸੰਬੰਧ ਵਿੱਚ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਅਤੇ ਭਜਨ ਮੰਡਲੀਆਂ ਵੱਲੋਂ ਮਹਾਮਾਈ ਜੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਜਾ ਰਿਹਾ। ਸ੍ਰੀ ਰਾਧਾ ਵੱਲਭ ਮੰਦਿਰ ਲੋਹਗੜ੍ਹ ਵਿਖੇ ਨਵਰਾਤਰਾ ਦੇ ਸੰਬੰਧ ਵਿੱਚ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਮੰਦਿਰ ਵਿਖੇ ਪਹੁੰਚ ਕੇ ਮਹਾਮਾਈ ਜੀ ਦੀਆਂ ਭੇਟਾਂ ਦਾ ਗੁਣਗਾਨ ਕਰ ਰਹੀਆਂ ਹਨ। ਬਾਵਾ ਲਾਲ ਦਿਆਲ ਜੀ ਚੌਂਕ ਕਰਮਡਿਓੜੀ ਵਿਖੇ ਮਹੰਤ ਅਨੰਤ ਦਾਸ ਜੀ ਦੀ ਅਗਵਾਈ ਹੇਠ ਮੰਦਿਰ ਵਿਖੇ ਨਵਰਾਤਰਾ ਦੇ ਸੰਬੰਧ ਵਿੱਚ ਮਹਾਮਾਈ ਜੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਜਾ ਰਿਹਾ। ਸ਼ਿਵਾਲਾ ਕਿਲ੍ਹਾ ਭੰਗੀਆਂ ਵਿਖੇ ਨਵਰਾਤਰਾ ਦੇ ਸੰਬੰਧ ਵਿੱਚ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਅਤੇ ਸੰਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਪਾ ਰਹੀਆਂ ਹਨ। ਕਿਲ੍ਹਾ ਭੰਗੀਆਂ ਵਿਖੇ ਨਵਰਾਤਰਾ ਦੇ ਮੌਕੇ ਤੇ ਰੋਜ਼ਾਨਾ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਦੁਰਗਾ ਮਾਤਾ ਮੰਦਿਰ ਕੋਟ ਖਾਲਸਾ ਵਿਖੇ ਨਵਰਾਤਰਾ ਦੇ ਸੰਬੰਧ ਵਿੱਚ ਮਾਂ ਚਿੰਤਪੁਰਨੀ ਪਰਿਵਾਰ ਵੱਲੋਂ ਮਾਂ ਭਗਵਤੀ ਦੇ ਸੰਕੀਰਤਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਪਾ ਰਹੀਆਂ ਹਨ। ਇਸ ਮੌਕੇ ਡਾਕਟਰ ਅਸ਼ਵਨੀ ਮੰਨਨ, ਦੀਪਕ ਕੁਮਾਰ, ਅਤੁਲ ਸ਼ਰਮਾ, ਮਨਦੀਪ ਸਿੰਘ, ਮਹੰਤ ਬਲਵੰਤ ਸਿੰਘ ਵੀ ਮੌਜੂਦ ਸਨ। ਅਸ਼ਮੀ ਤੇ ਭੰਡਾਰਾ ਹੋਵੇਗਾ। ਨਵਰਾਤਰਿਆਂ ਦੇ ਸੰਬੰਧ ਵਿੱਚ ਸ੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਕਰਤਾਰ ਨਗਰ ਛਿਆਟਾ ਵਿਖੇ ਮਾਂ ਭਗਵਤੀ ਦਾ ਗੁਣਗਾਨ ਕੀਤਾ ਜਾ ਰਿਹਾ। ਸੁਮਿਤ ਸ਼ਾਸਤਰੀ, ਸੋਹਨ ਲਾਲ, ਮੋਹਨ ਲਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਭਗਵਾਨ ਵਾਲਮੀਕਿ ਮੰਦਿਰ ਨਾਰਾਇਣਗੜ੍ਹ ਵਿਖੇ ਸ੍ਰੀ ਵੈਸ਼ਨੋ ਡਰਾਮੈਟਿਕ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਪਹੁੰਚ ਰਹੇ ਹਨ। ਇਸ ਮੌਕੇ ਕਲੱਬ ਦੇ ਚੇਅਰਮੈਨ ਰਵੀ ਪ੍ਰਕਾਸ਼ ਆਸ਼ੂ, ਪ੍ਰਧਾਨ ਰਣਜੀਤ ਕੁਮਾਰ ਪੋਲਾ, ਪਵਨ ਕੁਮਾਰ ਸਮੇਤ ਸਮੂਹ ਸਟਾਫ ਮੈਂਬਰਸ ਮੌਜੂਦ ਸਨ। ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਸ਼੍ਰੀ ਸ਼੍ਰੀ 1008 ਨਿਰਮਲੇ ਸੰਤ ਬਾਬਾ ਪੋੜੇ ਵਾਲੇ ਹਰ ਸਿੰਘ ਜੀ ਮਹਾਰਾਜ ਜੀ ਦੇ ਮੰਦਿਰ ਛਿਆਟਾ ਵਿਖੇ ਨਵਰਾਤਰਾ ਦੇ ਸੰਬੰਧ ਵਿੱਚ ਸ਼੍ਰੀ ਵਿਸ਼ਾਲ ਜੀ ਮਹਾਰਾਜ ਦੀ ਅਗਵਾਈ ਹੇਠ ਸ਼੍ਰੀ ਦੁਰਗਾ ਸਤੁਤੀ ਦੇ ਪਾਠ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਪਾਠ ਕਰ ਰਹੀਆਂ ਹਨ। ਸ਼੍ਰੀ ਹਰਿਮੰਦਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮੰਦਿਰ ਵਿਖੇ
ਪ੍ਰਧਾਨ ਵਿਜੇ ਦੇਵਗਨ ਦੀ ਅਗਵਾਈ ਹੇਠ ਸੰਕੀਰਤਨ ਕੀਤਾ ਜਾ ਰਿਹਾ ਅਤੇ ਸਭ ਸੰਗਤਾਂ ਨੂੰ ਮੰਦਿਰ ਵਿਖੇ ਮਹਾਮਾਇਆ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਅਪੀਲ ਕੀਤੀ ਗਈ। ਇਸ ਮੌਕੇ ਸੁਰਿੰਦਰ ਮਹਾਜਨ, ਹੈਪੀ ਅਰੋੜਾ, ਪੰਡਿਤ ਮਹਾਵੀਰ ਪ੍ਰਸਾਦ, ਮਦਨ ਮਹਾਜਨ ਵੀ ਮੌਜੂਦ ਸਨ। ਨਵਰਾਤਰਿਆਂ ਦੇ ਸੰਬੰਧ ਵਿੱਚ ਸ਼੍ਰੀ ਰਘੁਨਾਥ ਮੰਦਿਰ ਵਿਜੇ ਨਗਰ ਬਟਾਲਾ ਰੋਡ ਵਿਖੇ ਭਜਨ ਮੰਡਲੀਆਂ ਵੱਲੋਂ ਮਹਾਮਾਇਆ ਜੀ ਦੀਆਂ ਮਹਿਮਾ ਦਾ ਗੁਣਗਾਨ ਕੀਤਾ ਜਾ ਰਿਹਾ। ਇਸ ਮੌਕੇ ਪ੍ਰਧਾਨ ਜੋਗਿੰਦਰਪਾਲ ਸਰੀਨ, ਰਾਜਕੁਮਾਰ ਕਮਲ, ਵਿਵੇਕ ਸ਼ਰਮਾ, ਮਨੋਜ ਸ਼ਰਮਾ ਵੱਲੋਂ ਸਭ ਸੰਗਤਾਂ ਨੂੰ ਨਵਰਾਤਰਿਆਂ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਗਈ। ਨਵਰਾਤਰਿਆਂ ਦੇ ਉਪਲਕਸ਼ ਵਿੱਚ ਗੋਪਾਲ ਨਗਰ ਗੋਪਾਲ ਮੰਦਿਰ ਵਿਖੇ ਰੋਜ਼ਾਨਾ ਭਗਵਤੀ ਜਾਗਰਣ ਦਾ ਆਯੋਜਨ ਕੀਤਾ ਜਾ ਰਿਹਾ ਅਤੇ ਭਜਨ ਮੰਡਲੀਆਂ ਵੱਲੋਂ ਮਹਾਮਾਇਆ ਜੀ ਦਾ ਗੁਣਗਾਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ। ਇਸ ਮੌਕੇ ਕੈਲਾਸ਼ ਕਲਿਆਣ, ਸੁਨੀਲ ਅਰੋੜਾ, ਗੌਰਵ ਸ਼ਰਮਾ, ਅਸ਼ਵਨੀ ਸੂਦ, ਨਰੇਸ਼ ਆਨੰਦ, ਮਨਮੋਹਨ ਸਿੰਘ ਵੀ ਮੌਜੂਦ ਸਨ। ਮੰਦਿਰ ਸ਼੍ਰੀ ਰਾਧਾ ਵੱਲਭ ਗਲੀ ਮਸਤਗੜ੍ਹ ਨਮਕ ਮੰਡੀ ਵਿਖੇ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਨਵਰਾਤਰਿਆਂ ਦੇ ਸੰਬੰਧ ਵਿੱਚ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ ਅਤੇ ਸਭ ਸੰਗਤਾਂ ਨੂੰ ਪਾਵਨ ਨਵਰਾਤਰਿਆਂ ਦੀ ਵਧਾਈ ਦਿੱਤੀ ਗਈ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਪਿੰਡ ਵਡਾਲਾ ਜੋਹਲ ਵਿਖੇ ਮਹਾਮਾਰੀ ਦਾ ਜਾਗਰਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 29ਵਾਂ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਮਹਾਮਾਰੀ ਜੀ ਦੀਆਂ ਪੇਟਾਂ ਦਾ ਗੁਣਗਾਨ ਕੀਤਾ। ਇਸ ਮੌਕੇ ਤੇ ਖੀਰ ਦਾ ਲੰਗਰ, ਚਾਹ ਪਕੌੜਿਆਂ ਅਤੇ ਦਾਲ ਫੁਲਕਿਆਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਬਲਜੀਤ ਸਿੰਘ ਬਾਉਸ਼ਨੀ, ਸ਼ੇਰਾ ਸਿੰਘ, ਜਰਨੈਲ ਸਿੰਘ, ਛਿੰਦਾ ਸਿੰਘ, ਰਾਜੂ ਸਿੰਘ, ਮੰਗਲ ਸਿੰਘ ਹੱਟੀਵਾਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਮੰਦਿਰ ਮਹਾਵੀਰ ਜੀ ਟੂੰਡਾ ਤਲਾਬ ਵਿਖੇ ਸ਼੍ਰੀ ਪਵਨ ਜੀ ਮਹਾਰਾਜ ਦੀ ਅਗਵਾਈ ਹੇਠ ਨਵਰਾਤਰਿਆਂ ਵਿੱਚ ਰੋਜ਼ਾਨਾ ਰਾਤ 8 ਵਜੇ ਸੰਕੀਰਤਨ ਕੀਤੇ ਜਾ ਰਹੇ ਹਨ। ਇਸ ਸੰਬੰਧ ਵਿੱਚ ਪ੍ਰਸਿੱਧ ਗਾਇਕ ਭਗਵਤੀ ਗੁਣਗਾਨ ਕਰ ਰਹੇ ਹਨ। ਸ਼੍ਰੀ ਰਾਮ ਨਵਮੀ ਨੂੰ ਭੰਡਾਰਾ ਕੀਤਾ ਜਾਏਗਾ। ਨਵਰਾਤਰਿਆਂ ਦੇ ਸੰਬੰਧ ਵਿੱਚ ਸ਼੍ਰੀ ਬਾਲਾ ਜੀ ਧਾਮ ਚੈਰੀਟੇਬਲ ਟਰੱਸਟ ਕਾਲੇ ਕਨੂਪੁਰ ਵਿਖੇ ਸ਼੍ਰੀ ਸ਼੍ਰੀ 1008 ਮਹਾਮੰਡੇਸ਼ਵਰ ਅਸ਼ਨੀਲ ਜੀ ਮਹਾਰਾਜ ਦੀ ਅਗਵਾਈ ਹੇਠ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਮੰਦਿਰ ਸ਼੍ਰੀ ਬਾਂਕੇ ਬਿਹਾਰੀ ਸ਼ਰੀਫਪੁਰਾ ਵਿਖੇ ਨਵਰਾਤਰਿਆਂ ਦੇ ਸੰਬੰਧ ਵਿੱਚ ਮੰਦਿਰ ਵਿਖੇ ਮਾਤਾ ਜੀ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਮੰਦਿਰ ਵਿਖੇ ਪਹੁੰਚ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਆਖਿਰ ਵਿੱਚ ਮੁੱਖ ਖ਼ਬਰਾਂ ਇੱਕ ਵਾਰ ਫੇਰ ਤੋਂ। ਸਾਂਸਦ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ।
ਪੱਟੀ ਪੁਲਿਸ ਦੀ ਵੱਡੀ ਕਾਮਯਾਬੀ। ਬਾਮਣੀ ਵਾਲਾ ਦੇ ਨੇੜੇ ਸੂਏ ਦੇ ਕੋਲ ਪਏ ਕੂੜੇ ਚੋਂ ਹੈਂਡ ਗ੍ਰਨੇਡ ਕੀਤਾ ਬਰਾਮਦ। ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਗਦਾਈਕੇ ਵਿਖੇ ਪੁਲਿਸ ਨੂੰ ਮਿਲੀਆਂ ਭੇਤ ਭਰੇ ਹਾਲਾਤਾਂ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ। ਇਹ ਸਨ ਅੱਜ ਦੀਆਂ ਖ਼ਬਰਾਂ। ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।